ਮੈਂ ਕੋਈ ਕਾਰਨ ਸਮਝਦਾ ਵਸੇ ਹੈ ਤਾਂ ਮਜ਼ਾਕ ਆਲੀ ਗੱਲ ਹੀ ਹੈ ਪਰ ਸਹੀ ਹੋ ਵੀ ਸਕਦੀ ਹੈ ਕਿ ਕੋਈ ਹਾਲਾਤ ਹੋ ਜੇ ਨੇ ਕਿ ਮੈਨੂੰ ਲੱਗਦਾ ਹੈ ਕਿ ਕਿਤੇ ਟਿਵਾ ਘੜਾਇਆ ਸੁਖਬੀਰ ਬਾਦਲ ਨੇ ਕੋਈ ਟਾਈਮ ਦੇਖਿਆ ਉਹਦੇ ਵਿੱਚ ਹੁਣ ਸ਼ਾਇਦ ਉਹ ਸੂਟ ਕਰਦਾ ਹੋਵੇ ਸ਼੍ਰੋਮਣੀ ਕਮੇਟੀ ਵਿੱਚ ਜੂਨੀਅਰ ਮੀਤ ਪ੍ਰਧਾਨ ਦਾ ਅਹੁਦਾ ਹੈ ਪ੍ਰਧਾਨਗੀ ਦਾ ਉਹ ਐਸਸੀ ਕੈਟਾਗਰੀ ਨੂੰ ਦਿੱਤਾ ਜਾਂਦਾ ਇਸ ਮੁੱਚੇ ਪਾੜ ਦੇ ਵਿੱਚ 올 인디아 ਗੁਰਦੁਆਰਾ ਐਕਟ ਲਾਗੂ ਕੀਤਾ ਜਾਵੇ ਇਹਦੇ ਬਾਰੇ ਤੁਸੀਂ ਆਵਾਜ਼ ਬੁਲੰਦ ਕਰੋਗੇ ਆਪਣੀ ਮੈਨੂੰ ਇਹਨਾਂ ਦੀ ਲਿਮਿਟੇਸ਼ਨ ਦੇ ਨਾਲ ਕੋਈ ਬਹੁਤੋ ਫਰਕ ਨਹੀਂ ਪੈਂਦਾ ਦੇਸ਼ ਉਦੇਸ਼ ਵਿੱਚ ਫਤੇ ਟੀਵੀ ਦੇਖ ਰਹੇ ਸਮੂਹ ਦਰਸ਼ਕਾਂ ਨੂੰ ਆਰਐਸ ਖਾਲਸਾ ਦੀ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਅਸੀਂ ਆਪਣਾ ਵਿਸ਼ੇਸ਼ ਪ੍ਰੋਗਰਾਮ ਤਰਕ ਵਿਚਾਰ ਲੈ ਕੇ ਤੁਹਾਡੀ ਸੇਵਾ ਵਿੱਚ ਮੋੜ ਹਾਜ਼ਰ ਹੋਏ ਹਾਂ ਅੱਜ ਸਾਡੇ ਦਰਮਿਆਨ ਸਾਡੇ ਸਟੂਡੀਓ ਦੇ ਵਿੱਚ ਪ੍ਰੋਗਰਾਮ ਤਰਕ ਵਿਚਾਰ ਵਿੱਚ ਪਾਗ ਲੈਣ ਲਈ ਵਿਸ਼ੇਸ਼ ਤੌਰ ਤੇ ਪੁੱਜੇ ਨੇ ਜਥੇਦਾਰ ਹਰਪਾਲ ਸਿੰਘ ਜੱਲਾ ਜੀ ਸਾਬਕਾ ਜੂਨੀਅਰ ਮੀਤ ਪ੍ਰਧਾਨ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਮੇਰੇ ਸੱਜੇ ਹੱਥ ਬੈਠੇ ਨੇ ਵੀਰ ਅਮਰਪਾਲ ਸਿੰਘ ਜੀ ਜੋ ਕਿ ਇੱਕ ਉੱਗੇ ਸਿੱਖ ਚਿੰਤਕ ਨੇ ਅੱਜ ਦੀ ਸਾਡੀ ਜਿਹੜੀ ਚਰਚਾ ਹੋਏਗੀ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਦੇ ਨੂੰ ਲੈ ਕੇ ਹੋਏਗੀ ਸੋ ਸਭ ਤੋਂ ਪਹਿਲਾਂ ਸਾਡੇ ਸਟੂਡੀਓ ਵਿੱਚ ਪੁੱਜੇ ਸਤਕਾਰਯੋਗ ਵੀਰਾਂ ਨੂੰ ਪਿਆਰ ਭਰੀ ਫਤਿਹ ਦੀ ਸਾਂਝ ਕਰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਪਿਆਰੇ ਦਰਸ਼ਕੋ ਪਿਛਲੇ ਦਿਨੀ ਸਿੱਖ ਪੰਥ ਦੀ ਸਰਮੌਰ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਨੂੰ ਲੈ ਕੇ ਜੋ ਸਰਗਰਮੀਆਂ ਤੇਜ਼ ਹੋਈਆਂ ਨੇ ਉਸ ਸੰਬੰਧੀ ਅੱਜ ਅਸੀਂ ਗੱਲ ਕਰਾਂਗੇ ਵੀ ਇਹ ਸਰਗਰਮੀਆਂ ਇੰਨੀਆਂ ਤੇਜ਼ ਕਿਉਂ ਹੋ ਗਈਆਂ ਨੇ ਜਦ ਕਿ ਹਰ ਸਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਹੜੀ ਚੋਣ ਹੁੰਦੀ ਸੀ ਉਹ ਨਵੰਬਰ ਦੇ ਲਾਸਟ ਵਿੱਚ ਜਾ ਕੇ ਹੁੰਦੀ ਸੀ ਪਰ ਐਕੀ ਇੰਨੀ ਜਲਦਬਾਜ਼ੀ ਦੇ ਵਿੱਚ 9 ਨਵੰਬਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਚੋਣ ਕਿਉਂ ਹੋਣ ਜਾ ਰਹੀ ਹੈ ਇਹਦੇ ਪਿੱਛੇ ਕੀ ਕਾਰਨ ਨੇ ਇਸ ਸੰਬੰਧੀ ਅਸੀਂ ਗੱਲ ਕਰਾਂਗੇ ਜਥੇਦਾਰ ਹਰਪਾਲ ਸਿੰਘ ਜੱਲੜਾ ਜੀ ਦੇ ਨਾਲ ਜੱਲੜਾ ਸਾਹਿਬ ਇਹ ਜਿਹੜੀ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਦੀ ਚੋਣ ਹੋ ਰਹੀ ਹੈ 9 ਨਵੰਬਰ ਨੂੰ ਇਥੋਂ ਤੁਸੀਂ ਕੀ ਸਮਝਦੇ ਹੋ ਵੀ ਇੰਨੀ ਜਲਦਬਾਜ਼ੀ ਵਿੱਚ ਚੋਣ ਜਾਇਜ਼ ਹੈ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਜਿਹੜਾ ਫਤਿਹ ਟੀਵੀ ਚੈਨਲ ਹੈ ਇਹਨਾਂ ਦੇ ਸਾਰੇ ਪ੍ਰਬੰਧਕਾਂ ਦਾ ਤੇ ਦਰਸ਼ਕਾਂ ਦਾ ਉਹਨਾਂ ਦਾ ਮੈਂ ਆਪਣੇ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਧੰਨਵਾਦ ਕਰਦਾ ਤੇ ਫਤਿਹ ਅਰਜ਼ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਜੋ ਤੁਸੀਂ ਸਵਾਲ ਕੀਤਾ ਮੇਰੀ ਹੈਗੀ ਹੈ ਤੁਸੀਂ ਵੇਖਦੇ ਆਏ ਹੋ ਕਿ ਜਦੋਂ ਵੀ ਸਲਾਨਾ ਚੋਣ ਹੁੰਦੀ ਹੈ ਉਹ ਚਲੋ ਚੋਣ ਹੈ ਜਿਹੜੀ ਨਵੰਬਰ ਦੇ ਲਾਸਟ ਵੀਕ ਦੇ ਕਰੀਬ ਹੁੰਦੀ ਹੈ ਇੱਕ ਵਾਰੀ ਆਇਆ ਸੀ ਨੰਗਵਾਲਾ ਸਾਹਿਬ ਵਿਲੇਜ ਮੇ 13 ਤਰੀਕ ਨੂੰ ਚੋਣ ਹੋਈ ਸੀ ਲੇਕਿਨ ਐਤਕੀ ਜਿਹੜੀ ਚੋਣ ਹੈ ਉਹ ਇੰਨੀ ਜਲਦਬਾਜ਼ੀ ਦੇ ਵਿੱਚ ਉਹਦਾ ਐਲਾਨ ਕੀਤਾ ਗਿਆ ਤੇ ਉਹ ਸਾਰੇ ਜਿਹੜੇ ਸੀ ਜਿਹੜੇ ਸੀ ਲੋਕੀ ਹੈਰਾਨ ਹੋਏ ਭੈ ਵੀ ਐਡੀ ਜਲਦੀ ਕੀ ਲੋੜ ਸੀ ਇਹਦੇ ਤੇ ਕੁਝ ਜਿਹੜੀ ਚਰਚਾਵਾ ਵੀ ਹੋਈਆਂ ਨੇ ਉਹ ਸੁਭਾਵਕ ਨੇ ਕਿਉਂਕਿ ਸ਼ਤਾਬਦੀ ਅਸੀਂ ਪੰਜਾ ਸਾਹਿਬ ਦੇ ਮਹਾਨ ਸ਼ਹੀਦਾਂ ਦੀ ਉਹ ਮਨਾ ਰਹੇ ਆ ਤੇ ਗੁਰਪੁਰਬ ਸਾਡੇ ਕੋਲੇ ਉਸ ਦੇ ਲਈ ਬਹੁਤ ਮੈਂਬਰ ਸਾਡੇ ਉਧਰ ਆਏ ਹੋਏ ਨੇ ਬੜੀਆਂ ਗੱਲਾਂ ਨੇ ਇਹ ਚਿੰਤਾ ਦਾ ਜ਼ਾਹਰ ਕਰਦੀਆਂ ਨੇ ਵੀ ਕਿਉਂ ਹੋਈ ਹੈ ਇਹ ਨਹੀਂ ਸੀ ਹੋਣੀ ਚਾਹੀਦੀ ਤੁਸੀਂ ਸੋਚਦੇ ਹੋ ਵੀ ਇਹਦੇ ਪਿੱਛੇ ਕੋਈ ਸਿਆਸੀ ਕਾਰਨ ਹੈਗਾ ਵੀ ਜਿਹਦੇ ਨਾਲ ਵੀ ਇੰਨੀ ਜਲਦਬਾਜ਼ੀ ਦੇ ਵਿੱਚ ਪ੍ਰਧਾਨਗੀ ਦੀ ਇਲੈਕਸ਼ਨ ਹੋ ਰਹੀ ਹੈ ਸਿਆਸੀ ਤਾਂ ਉਹ ਤਾਂ ਹੁੰਦੇ ਹੀ ਨੇ ਜੀ ਹਰੇਕ ਵਾਰੀ ਜਿਹੜੀਆਂ ਪਿਛਲੀ ਵਾਰੀ ਵੀ ਜਦੋਂ ਇਲੈਕਸ਼ਨ ਹੋਈ ਆ ਤੇ ਉਦੋਂ ਵੀ ਇੱਕ ਗੁਰ ਪੈਸਾ ਸੀ ਜਿਹਨਾਂ ਨੇ ਆਪਣਾ ਵੱਡਾ ਉੱਥੇ ਆਪਣਾ ਪ੍ਰਦਰਸ਼ਨ ਕੀਤਾ ਆਪਣੀ VOTING ਹੋਈ ਹੈ ਜੀ ਤੇ ਭਾਵੇਂ ਉਹਨਾਂ ਦੀ ਮੈਂਬਰ ਉਹਨੇ ਨਹੀਂ ਸੀ ਪਰ ਫਿਰ ਵੀ ਚੋਣ ਤਾਂ ਹੋਈ ਨਾ ਤੇ ਐਤਕੀ ਦਾ ਸਮੀਕਰਨ ਥੋੜੇ ਜੇ ਹੋਰ ਤਰ੍ਹਾਂ ਦੇ ਲੱਗਦੇ ਨੇ ਵੀ ਜਿਹੜੀ ਹੈ ਚੋਣ ਇੱਕ ਵਿਲੱਖਣ ਜੀ ਹੋਵੇਗੀ ਕਿਉਂਕਿ ਸਾਰੇ ਜਿਹੜੇ ਨੇ ਉਹ ਧੜੇ ਇਕੱਠੇ ਹੋ ਕੇ ਲੱਗਦਾ ਮੈਨੂੰ ਵੀ ਉਹ ਇੱਕ ਪਲੇਟਫਾਰਮ ਤੇ ਇਕੱਠੇ ਹੋਣਗੇ ਇਕੱਠੇ ਹੋਣਗੇ ਸੋ ਵੀਰ ਅਮਰਪਾਲ ਜੀ ਤੁਸੀਂ ਕੀ ਸੋਚਦੇ ਹੋ ਇਸ ਸਬੰਧੀ ਇਲੈਕਸ਼ਨ ਹੋਣ ਜਾ ਰਹੀ ਹੈ ਬੜਾ ਤੇਜ਼ੀ ਚ ਪ੍ਰੋਸੈਸ ਹੋ ਰਿਹਾ ਹੈ ਵੀ ਕੀ ਗੱਲ ਸ਼੍ਰੋਮਣੀ ਕਮੇਟੀ ਦੀ ਜਿਹੜੀ ਕਾਬਜ ਤੇ ਰਹਿ ਉਹਨੂੰ ਕੋਈ ਡਰ ਹੈਗਾ ਮਹਿਸੂਸ ਹੋ ਰਿਹਾ ਹੈ ਵੀ ਕਿਉਂ ਇੰਨੀ ਜਲਦੀबाजी ਸਟੈਪ ਲਿਆ ਜਾ ਰਿਹਾ ਹੈਗਾ ਦੇਖੋ ਜਿਵੇਂ ਜਿਲ੍ਹਾ ਸਾਹਿਬ ਨੇ ਕਿਹਾ ਤੁਸੀਂ ਵੀ ਕਿਹਾ ਵੀ ਇਹ ਤੇ ਕੋਈ ਸਿਆਸੀ ਇਹਦੇ ਪਿੱਛੇ ਕੁਝ ਮੰਤਵ ਹੈ ਪਰ ਮੈਨੂੰ ਨਹੀਂ ਲੱਗਦਾ ਕੋਈ ਸਿਆਸੀ ਮਨਤਵ ਹੋਵੇ ਇਲੈਕਸ਼ਨ 9 ਤਰੀਕ ਹੋਵੇ ਜਾਂ 29 ਤਰੀਕ ਹੋਵੇ ਜਾਂ 28 ਤਰੀਕ ਹੋਵੇ ਤੇ ਕੀ ਫਰਕ ਪੈਂਦਾ ਜੀ ਮੈਂ ਵੀ ਪਿਛਲੇ ਦਿਨਾਂ ਤੋਂ ਇਹਨੂੰ ਬੜੀ ਗੌਰ ਨਾਲ ਸਰਚ ਕਰ ਰਹੇ ਹਾਂ ਕਾਫੀ ਟੀਵੀ ਡਿਬੇਟਸ ਹੀ ਆ ਰਹੀਆਂ ਨੇ ਅਖਬਾਰਾਂ 'ਚ ਵੀ ਆ ਰਿਹਾ ਪਰ ਕੋਈ ਕਾਰਨ ਹੀ ਸਮਝ ਨਹੀਂ ਲੱਗਿਆ ਜਿਵੇਂ ਜੱਲਾ ਸਾਹਿਬ ਨੇ ਕਿਹਾ ਵੀ ਹੁਣ ਸ਼ਤਾਬਦੀ ਸਮਾਰੋਹ ਨੇ ਗੁਰਸਾਧਾ ਗੁਰਪੁਰ ਵੀ ਆ ਰਿਹਾ ਹੈ ਜਥਾ ਵੀ ਪਾਕਿਸਤਾਨ ਗਿਆ ਹੈ ਔਰ ਕੁਝ ਕਿਸੇ ਮੇਰੀ ਸਿਉਣੀ ਕਵਟੀ ਮੈਂਬਰਾਂ ਨੇ ਵੀ ਵੀ ਜਗੀਰ ਕੌਰ ਨੇ ਬੇਨਤੀ ਵੀ ਕੀਤੀ ਹੈ ਵੀ ਇਸ ਇਲੈਕਸ਼ਨ ਨੂੰ ਅੱਗੇ ਪਾਇਆ ਜਾਵੇ ਪਰ ਉਹ ਹਲ ਤੱਕ ਲੱਗੇ ਨਹੀਂ ਪਈ ਤਾਂ ਮੈਂ ਕੋਈ ਕਾਰਨ ਸਮਝਦਾ ਵੈਸੇ ਹੈ ਤਾਂ ਮਜ਼ਾਕ ਵਾਲੀ ਗੱਲ ਹੀ ਹੈ ਪਰ ਸਹੀ ਹੋ ਵੀ ਸਕਦੀ ਹੈ ਕਿ ਕੋਈ ਹਾਲਾਤ ਇਹੋ ਜਿਹੇ ਨੇ ਮੈਂ ਲੱਗਾ ਸ਼ਾਇਦ ਕਿਥੇ ਟਿਵਾ ਘੜਾਇਆ ਸੁਖਬੀਰ ਬਾਦਲ ਨੇ ਕੋਈ ਟਾਈਮ ਦੇਖਿਆ ਉਹਦੇ ਵਿੱਚ ਉਹਨੂੰ ਸ਼ਾਇਦ ਉਹ ਸੂਟ ਕਰਦਾ ਹੋਵੇ ਇਸ ਤਲਾਬ ਮੈਂ ਕੋਈ ਹੋਰ ਕਾਰਨ ਨਜ਼ਰ ਨਹੀਂ ਆਉਂਦਾ ਜੋ ਨੇ ਹੁਣ ਦੇਖਿਆ ਹੁਣ ਤੱਕ ਜੋ ਪਿਜੀਸ਼ਨ ਹੈ ਤੁਸੀਂ ਤੇ ਬੜੇ ਜੀ ਹਾਸੇ ਮਜ਼ਾਕ ਚ ਗੱਲ ਲੈ ਗਏ ਹੋ ਸ਼੍ਰੋਮਣੀ ਕਮੇਟੀ ਦੀ ਬੜੀ ਧਾਰਮਿਕ ਸਾਡੀ ਸੰਸਥਾ ਹੈਗੀ ਹੈ ਸਰਵਉੱਚ ਸੰਸਥਾ ਹੈਗੀ ਹੈ ਤੇ ਜਸੇਦਰ ਸਾਹਿਬ ਤੁਹਾਨੂੰ ਕੀ ਲੱਗਦਾ ਹੈਗਾ ਕਿ ਬੀਬੀ ਜਗੀਰ ਕੌਰ ਦੇ ਮਦਾਨ ਦੇ ਨਿਤਰਣ ਕਰਕੇ ਹੀ ਸਾਰਾ ਜਿਹੜਾ ਪ੍ਰੋਸੈਸ ਜਿਹੜਾ ਜਲਦਬਾਜ਼ੀ ਕੀਤਾ ਜਾ ਰਿਹਾ ਨਹੀਂ ਬੀਬੀ ਜਗੀਰ ਕੌਰ ਜੀ ਦੀ ਪਹਿਲਾਂ ਵੀ ਪ੍ਰਧਾਨ ਰਹੇ ਨੇ ਉਹ ਬੜੀ ਇਸ ਤਰ੍ਹਾਂ ਦੀ ਚਿੰਤਾਤ ਹੈ ਕਿ ਨਹੀਂ ਵੀ ਉਹਨਾਂ ਨੇ ਇਲੈਕਸ਼ਨ ਲੜਨੀ ਤੇ ਡੈਮੋਕ੍ਰੇਟੀ ਡੈਮੋਕ੍ਰੇਸੀ ਹੈ ਕੋਈ ਵੀ ਲੜ ਸਕਦਾ ਵੀ ਬੀਬੀ ਜ਼ਗੀਰ ਕੌਰ ਜੀ ਵੀ ਲੜ ਸਕਦੇ ਨੇ ਕੋਈ ਵੀ ਲੜ ਸਕਦਾ ਲੇਕਿਨ ਤਿੰਨ ਵਾਰੀ ਬੀਬੀ ਜ਼ਗੀਰ ਕੌਰ ਜੀ ਪ੍ਰਧਾਨ ਬਣ ਚੁੱਕੇ ਨੇ ਉਹਨਾਂ ਚ ਅੱਜ ਵੀ ਲਾਲਸਾ ਹੈਗੀ ਹੈ ਵੀ ਮੈਂ ਦੁਬਾਰਾ ਵੀ ਕੌਮ ਦੀ ਜਾਂ ਉਸ ਜੱਥੇਬੰਦੀ ਦੀ ਧਾਰਮਿਕ ਸੰਸਥਾ ਦੀ ਅਗਵਾਈ ਕਰ ਲਵਾਂ ਜਿਹੜਾ ਮੈਂਬਰ ਹੈ ਉਹਦੇ ਮਨ ਚ ਤਾਂ ਹੁੰਦੀ ਵੀ ਹੈ ਸੇਵਾ ਕਰਨ ਦੀ ਤੁਹਾਡੇ ਮਨ ਚ ਵੀ ਹੈਗੀ ਹੈ ਸੇਵਾ ਹੋਣੀ ਚਾਹੀਦੀ ਹੈ ਜੀ ਸੇਵਾ ਦੇ ਮੌਕੇ ਮਿਲਦੇ ਤੇ ਸੇਵਾ ਤਾਂ ਮੈਂ ਤਾਂ ਕਰ ਹੀ ਰਿਹਾ ਹਾਂ ਮੈਂ ਤਾਂ ਜਦੋਂ ਮੈਂਬਰ ਨਹੀਂ ਸੀ ਮੈਂ ਉਦੋਂ ਵੀ ਧਾਰਮਿਕ ਧਰਮ ਦੇ ਪ੍ਰਚਾਰ ਤੇ ਵਿਸਾਰ ਦੇ ਕੰਮ ਕਰਦਾ ਸੀ ਤੇ ਜਦੋਂ ਮੈਂ ਮੈਂਬਰ ਬਣਿਆ ਉਦੋਂ ਤੋਂ ਵੀ ਕਰਦਾ ਜਦੋਂ ਮੈਂ ਉਮੀਦ ਪ੍ਰਧਾਨ ਬਣਿਆ ਮੈਂ ਤੇ ਉਦੋਂ ਸਾਰਾ ਸਾਲ ਹੀ ਮੈਂ ਗੱਡੀ ਦੇ ਵਿੱਚ ਹੀ ਕੱਢ ਕੇ ਮੈਂ ਆਪਣੀ ਬੜੀ ਮੈਂ ਤਾਂ ਸੋ ਸਮਝਦਾ ਵੀ ਤੁਹਾਡੇ ਉਸ ਵੇਲੇ ਕਾਰਜਕਾਲ ਜਦੋਂ ਤੁਸੀਂ ਜੂਨੀਅਰ ਉਮੀਦ ਪ੍ਰਧਾਨ ਸੀ ਤੁਸੀਂ ਤਾਂ ਪ੍ਰਧਾਨਗੀ ਲੈਵਲ ਵਾਲੇ ਕਾਰਜ ਕੀਤੇ ਨੇ ਤੇ ਤੁਹਾਨੂੰ ਦੇ ਐਕਸਪੀਰੀਅੰਸ ਹੈਗਾ ਤੁਹਾਨੂੰ ਨਹੀਂ ਲੱਗਦਾ ਵੀ ਸਾਨੂੰ ਦੁਬਾਰਾ ਮੌਕਾ ਮਿਲਣਾ ਚਾਹੀਦਾ ਨਹੀਂ ਇਹ ਤਾਂ ਇੱਕ ਮੈਂ ਦੇਖੀ ਆ ਜਿਹੜੀ ਗੱਲ ਜਿਹੜੀ ਹੈ ਗੱਲ ਮੈਂ ਮਹਿਸੂਸ ਕਰਦਾ ਬਈ ਉਥੇ ਜਿਵੇਂ ਪ੍ਰਧਾਨ ਦੀ ਹੈਗਾ ਉਹਦਾ ਇੱਕ ਸੀਨੀਅਰ ਮੀਤ ਪ੍ਰਧਾਨ ਦਾ ਅਹੁਦਾ ਹੈ ਇੱਕ ਜੂਨੀਅਰ ਮੀਤ ਪ੍ਰਧਾਨ ਦਾ ਅਹੁਦਾ ਹੈ ਹੂੰ ਉਹਦੇ ਚ ਉਹਨਾਂ ਨੇ ਰੱਖਿਆ ਹੋਈ ਜਿਹੜਾ ਜੂਨੀਅਰ ਮੀਤ ਪ੍ਰਧਾਨ ਆ ਉਹ ਉਹ ਐਸਸੀ ਕੈਟਾਗਰੀ ਦੇ ਵਿੱਚੋਂ ਲੈਣਾ ਜੀ ਤੇ ਮੈਂ ਮਹਿਸੂਸ ਕਰਦਾ ਤੇ ਰਹਿਣਾ ਤੇ ਅਸੀਂ ਸਾਰੇ ਕਰਦੇ ਆਂ ਵੀ ਕਦੇ ਐਸਸੀ ਜਿਹੜਾ ਤੇ ਕਮਿਊਨਿਟੀ ਨਾਲ ਸੰਬੰਧਤ ਵੈਸੇ ਦਾ ਸਿੱਖੀ ਦੇ ਵਿੱਚ ਕੋਈ ਜਾਤਪਾਤ ਦੀ ਗੱਲ ਹੀ ਨਹੀਂ ਹੈ ਲੇਕਿਨ ਜੇ ਅਹੁਦਾ ਬਣਿਆ ਹੈ ਤੇ ਅਹੁਦਾ ਤੇ ਪ੍ਰਧਾਨਗੀ ਤੇ ਵੀ ਮਿਲੀ ਸਕਦਾ ਕਿਸੇ ਨੂੰ ਵੀ ਮਿਲਣਾ ਚਾਹੀਦਾ ਤੁਸੀਂ ਬੜੀ ਵੱਡੀ ਗੱਲ ਆਖ ਦਿੱਤੀ ਜੇ ਇੱਕ ਨਵਾਂ ਇੱਕ ਵਿਵਾਦ ਸ਼ੁਰੂ ਹੋ ਜਾਏਗਾ ਅਮਰਪਾਲ ਜੀ ਇਹਨਾਂ ਨੇ ਦੱਸਿਆ ਹੈਗਾ ਵੀ ਜਿਹੜਾ ਸ਼੍ਰੋਮਣੀ ਕਮੇਟੀ ਵਿੱਚ ਜੂਨੀਅਰ ਮੀਤ ਪ੍ਰਧਾਨ ਦਾ ਅਹੁਦਾ ਹੈ ਪ੍ਰਧਾਨਗੀ ਦਾ ਉਹ ਐਸਸੀ ਕੈਟਾਗਰੀ ਨੂੰ ਦਿੱਤਾ ਜਾਂਦਾ ਹੈ ਜਦਕਿ ਪੰਥ ਦੇ ਵਿੱਚ ਸਾਰੇ ਕਮਿਊਨਿਟੀਆਂ ਨੂੰ ਇਕੁਅਲ ਅਧਿਕਾਰ ਆਪਾਂ ਸਾਰੇ ਖਾਲਸੇ ਦੇ ਵਿੱਚ ਸਮਾਨ ਨੇ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਖਾਲਸਾ ਪੰਥ ਦੀ ਸਥਾਪਨਾ ਕਰਕੇ ਇਹ ਦਰਸਾਨ ਦੀ ਕੋਸ਼ਿਸ਼ ਕੀਤੀ ਸੀ ਵੀ ਸਿੱਖ ਪੰਥ ਦੇ ਵਿੱਚ ਕੋਈ ਜਾਤ ਪਾਤ ਦਾ ਕਨਸੈਪਟ ਨਹੀਂ ਹੈ ਪਰ ਇਨਨਾ ਮੁਤਾਬਕ ਜਿਹੜੇ ਜੂਨੀਅਰ ਮੀਤ ਪ੍ਰਧਾਨ ਦਾ ਹੁੰਦਾ ਹੈ ਉਹ ਐਸਸੀ ਕੈਟਾਗਰੀ ਵਾਸਤੇ ਰਾਖਵਾਂ ਰੱਖਿਆ ਗਿਆ ਹੈ ਮਤਲਬ ਐਸਸੀ ਕੈਟਾਗਰੀ ਦਾ ਬੰਦਾ ਜਿੰਦਗੀ ਦੇ ਵਿੱਚ ਕਦੀ ਪ੍ਰਧਾਨ ਬਣ ਨਹੀਂ ਸਕਦਾ ਇਹਦਾ ਮਤਲਬ ਦੇਖੋ ਇਹ ਕਹਿਣ ਦੀ ਗੱਲ ਹੀ ਹੈ ਵੀ ਸਾਡੇ ਸਿੱਖਾਂ ਨੂੰ ਜਾਤ ਪਾਤ ਨਹੀਂ ਹੈਗੀ ਗੁਰੂ ਸਾਹਿਬ ਨੇ ਮਨਾ ਜ਼ਰੂਰ ਕੀਤਾ ਪਰ ਪ੍ਰੈਕਟੀਕਲ ਤੌਰ ਤੇ ਕਿੱਥੇ ਹੋ ਰਿਹਾ ਹੈ ਸ਼ਰੂਣੀ ਕਮੇਟੀ ਦੀ ਨੱਕ ਥੱਲੇ ਹੀ ਪਿੰਡਾਂ ਦੇ ਵਿੱਚ ਕਿੰਨੇ ਹੀ ਗੁਰਦੁਆਰੇ ਬਣੇ ਕਿੰਨੇ ਸ਼ਮਸ਼ਾਨ ਘਟ ਬਣੇ ਨੇ ਕੀ ਕੁਝ ਹੋਇਆ ਸਭ ਕੋਈ ਸਭ ਨੂੰ ਪਤਾ ਹੈ ਤਾਂ ਇਹ ਕਹਿਣ ਦੀ ਗੱਲ ਹੈ ਜੇ ਉਹਦਾ ਰੱਖਿਆ ਹੋਇਆ ਤੇ ਤੁਹਾਡੀ ਗੱਲ ਤੋਂ ਮੈਂ ਹੁਣ ਦੱਸ ਦਿਆਂ ਤੁਹਾਨੂੰ ਥੋ ਸ਼ਾਇਦ ਹੋ ਸਕਦਾ ਐਸਸੀ ਵਰਗ ਦੇ ਵਿੱਚੋਂ ਵੀ ਪ੍ਰਧਾਨ ਨੂੰ ਕੋਈ ਨਾਮਿਨੇਟ ਕਰਨ ਦੀ ਗੱਲ ਚੱਲ ਰਹੀ ਹੈ ਤੇ ਜੇ ਇਹ ਹੋ ਜਾਂਦਾ ਤੇ ਸਵਾਗਤ ਕਰਦੇ ਆ ਐਸਸੀ ਵਰਗ ਨੂੰ ਕਿਉਂ ਇਸ ਤਰ੍ਹਾਂ ਦਾ ਬਣਾਇਆ ਹੋਇਆ ਹੁਣ ਅੱਗੇ ਆ ਸਕਦੇ ਜੇ ਕਿਸੇ ਕਾਬਿਲਤ ਹੈਗੀ ਹੈ ਤੇ ਉਹਨੂੰ ਉਹਦੀ ਜਾਤ ਦੇ ਆਧਾਰ ਤੇ ਅੱਗੇ ਜਾਂ ਪਿੱਛੇ ਕਿਉਂ ਕੀਤਾ ਜਾਇਆ ਉਹਨੂੰ ਜੇ ਕਾਬਿਲਤ ਹੈਗੀ ਤਾਂ ਕੋਈ ਪ੍ਰਧਾਨ ਬਣਾਓ ਉਹਨੂੰ ਤੁਸੀਂ ਬੜੀ ਸਿਆਣੀ ਗੱਲ ਕਹੀ ਹੈ ਵੀ ਮੈਂਬਰਾਂ ਦੇ ਵਿੱਚ ਆਪਸੀ ਪਿਆਰ ਇਤਿਫਾਕ ਔਰ ਸਹਿਰਤਾ ਹੋਣੀ ਚਾਹੀਦੀ ਹੈ ਜਿਹਦੇ ਨਾਲ ਉਹ ਉਸ ਮਹਾਨ ਜਥੇਬੰਦੀ ਦੀ ਜਿਹਦੇ ਵਾਸਤੇ ਕਿੰਨੀਆਂ ਸ਼ਹਾਦਤਾਂ ਦਿੱਤੀਆਂ ਗਈਆਂ ਉਹਦੀ ਪ੍ਰਧਾਨਗੀ ਵਾਸਤੇ ਚੰਗੇ ਤੇ ਸੁਲਝੇ ਹੋਏ ਬੰਦੇ ਜਿਨ੍ਹਾਂ ਦਾ ਕੁਝ ਕਿਰਦਾਰ ਹੋਵੇ ਬਿਲਕੁਲ ਕੁਝ ਕੁਰਬਾਨੀ ਹੋਵੇ ਉਹਨਾਂ ਨੂੰ ਅੱਗੇ ਆਉਣ ਦਾ ਮੌਕਾ ਮਿਲਣਾ ਚਾਹੀਦਾ ਮੇਰੇ ਖਿਆਲ ਨਾਲ ਜਿਹੜਾ ਜਾਤ ਪਾਤ ਦਾ ਕਨਸੈਪਟ ਹੈਗਾ ਇਹ ਤੋਂ ਮੈਂਬਰਾਂ ਨੂੰ ਉੱਪਰ ਉੱਠਣ ਦੀ ਲੋੜ ਹੈ ਸੋ ਜਥੇਦਾਰ ਜੀ ਤੁਸੀਂ ਆਪਣੇ ਕਾਰਜਕਾਲ ਵਿੱਚ ਜੂਨੀਅਰ ਮੀਤ ਪ੍ਰਧਾਨ ਦਾ ਅਹੁਦਾ ਪ੍ਰਾਪਤ ਕੀਤਾ ਕਿ ਤੁਹਾਨੂੰ ਵੀ ਉਸ ਵੇਲੇ ਵੀ ਇਸ ਨਜ਼ਰੀਏ ਨਾਲ ਦੇਖਿਆ ਜਾਂਦਾ ਸੀ ਵੀ ਇਹ ਐਸੀ ਕੈਟਾਗਰੀ ਤੋਂ ਹੈਗੇ ਨੇ ਜਾਂ ਕੁਛ ਐਦਾ ਨਾਲ ਮਹਿਸੂਸ ਕੀਤਾ ਤੁਸੀਂ ਨਹੀਂ ਮੈਂ ਨਾ ਤੁਹਾਨੂੰ ਸਹੀ ਗੱਲ ਦੱਸਦਾ ਵੀ ਗੁਰੂ ਸਾਹਿਬ ਦੀ ਜਿਹੜੀ ਬਾਣੀ ਆ ਉਹਦੇ ਵਿੱਚ ਤਾਂ ਸਪਸ਼ਟ ਨਿਕਲਦਾ ਸਭ ਐ ਸਾਂਝੀ ਵਾਲ ਸ੍ਰੇਣ ਕੋਈ ਨਾ ਦੱਸ ਬਾਹਰਾ ਜੀਓ ਖੱਤਰੀ ਬ੍ਰਾਹਮਣ ਸੂਦ ਵੈਸ਼ਵ ਦੇ ਚੋਂ ਵਰਨਾ ਕੋ ਸਾਂਝਾ ਮੈਂ ਸਹੀ ਗੱਲ ਆ ਮੈਂ ਅੱਜ ਦਿਲ ਦੀ ਗੱਲ ਦੱਸਣ ਲੱਗਿਆ ਕਿ ਮੈਂ ਜਦੋਂ ਦਾ ਵੀ ਮੈਂਬਰ ਬਣਿਆ ਤੇ ਉਦੋਂ ਤੋਂ ਹੀ ਮੈਂ ਕਿਤੇ ਲੱਕਦੇ ਥੋੜਾ 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 ਮੈਂ ਆਪਣਾ ਇਸ ਦਾ ਸੰਤਾਪ ਹੰਡਾਉਂਦਾ ਆ ਰਿਆਂ ਲੇਕਿਨ ਮੈਂ ਠੀਕ ਆ ਮੈਂ ਉਹਦੇ ਵਿੱਚ ਵਿਚਰ ਰਿਹਾ ਮੈਂ ਗੁਰੂ ਸਾਹਿਬ ਦੀ ਭਾਣੇ ਦੇ ਵਿੱਚ ਰਹਿੰਦਾ ਹੋਇਆ ਉਹਦੀ ਰਜਾ ਦੇ ਵਿੱਚ ਰਹਿੰਦਾ ਹੋਇਆ ਮੈਂ ਸਭ ਕੁਝ ਸਹਿਣ ਕਰਨ ਦੀ باوجود ਵੀ ਮੈਂ ਆਪਣੇ ਜਿਹੜੇ ਕਾਰਜ ਨੇ ਮੇਰੇ ਭਾਵੇਂ ਮੈਂ ਹਰ ਸਾਲ ਲੰਗਰ ਦੀ ਸ਼ਬਗੁਰੂ ਅਮਰਦਾਸ ਮਹਾਰਾਜ ਜੀ ਦੀ ਇੱਕ ਦਿਨ ਦੀ ਹਲਕੇ ਬਲੋਂ ਲੈਂਦੇ ਆ ਰਹੇ ਨੇ ਚੀਜ਼ਾਂ ਧਰਮ ਦੇ ਪ੍ਰਚਾਰ ਤੇ ਵਿਸਾਰ ਦੀ ਗੱਲ ਹੈ ਗੁਰਦੁਆਰਾ ਜਿਹੜਾ ਹੈ ਸੀ ਮੈਂ ਵੱਡੇ ਸਮਾਗਮ ਦਸਤਾਰ ਮੁਕਾਬਲੇ ਕਿਸ ਲੰਮੇ ਸੰਭਾਲ ਮੁਕਾਬਲੇ ਬੜੀ ਕਰਾਈ ਨੇ ਮੈਂ ਜਿਸ ਗੱਲ ਉਸ ਕੇ ਲੈ ਕੇ ਆ ਰਹੇ ਆਂ ਵੀ ਜਿਹੜੀ ਗੱਲ ਆਪਾਂ ਕਰ ਰਹੇ ਆਂ ਵੀ ਇਹ ਕਨਸੈਪਟ ਰੱਖਿਆ ਗਿਆ ਆ ਵੀ ਐਸਸੀ ਬਰਾਦਰੀ ਵਾਸਤੇ ਜੂਨੀਅਰ ਮੀਤ ਪ੍ਰਧਾਨਕ ਰਿਜ਼ਰਵ ਕਰ ਦਿੱਤੀ ਗਈ ਹੈ ਵੀ ਕੱਲ ਨੂੰ ਕੋਈ ਹੋਰ ਇਸ ਤਰ੍ਹਾਂ ਦਾ ਵੀ ਲੌਜੀਕ ਨਿਕਲ ਸਕਦਾ ਹੈ ਕਿ ਦੂਸਰੀ ਕੌਮ ਵੀ ਕੈਸੇ ਵੀ ਸਾਡੇ ਵਾਸਤੇ ਵੀ ਸੀਟ ਰਿਜ਼ਰਵ ਕੀਤੀ ਜਾਵੇ ਚਾਹੇ ਇਹ ਗੁਰਦੁਆਰਾ ਐਕਟ ਅਨੁਸਾਰ ਹੈ ਇਹ ਗੁਰਦੁਆਰਾ ਐਕਟ ਅਨੁਸਾਰ ਹੈ ਇਹ ਅੰਮ੍ਰਿਤਪਾਲ ਜੀ ਕੀ ਹੈ ਇਹ ਗੁਰਦੁਆਰਾ ਐਕਟ ਅੰਗਰੇਜ਼ਾਂ ਦੇ ਵੇਲੇ ਦਾ ਬਣਿਆ ਹੋਇਆ ਹੈ ਇਹਨੂੰ ਤੁਸੀਂ ਜਾਇਜ਼ ਸਮਝਦੇ ਹੋ देखो जबो गुरुद्वारा एक्ट बणया सी ओदो अंग्रेजान ने उनु अपने दो एक्ट बणे सी या दो ਧਿਰਾਂ ਉਦੋ ਹੋ ਗਈਆਂ ਸੀ ਇੱਕ ਤੇ ਤਾਂ ਜੇਲ ਅੰਦਰ ਬੈਠੀ ਸੀ ਇੱਕ ਬਾਹਰ ਬੈਠੀ ਸੀ ਤੇ ਅੰਗਰੇਜ਼ਾਂ ਨੇ ਕਿਹਾ ਵੀ ਜਿਹੜੀ ਧਿਰ ਨੂੰ ਇਹ ਪ੍ਰਵਾਨ ਐਕਟ ਉਹ ਬਾਹਰ ਆ ਜਾਓ ਜਿਹਨੂੰ ਨਹੀਂ ਪ੍ਰਵਾਨ ਅੰਦਰ ਬੈਠੇ ਰਹੋ ਤੇ ਇਹ ਫਿਰ ੱੱਕੇ ਨਾਲ ਲਾਗੂ ਹੋਇਆ ਪਰ ਉਸ ਤੋਂ ਬਾਅਦ ਉਹ ਜਦੋਂ ਜਦੋਂ ਲਾਗੂ ਹੋਇਆ ਉਦੋਂ ਪੰਜਾਬ ਦੇ ਇੱਕ ਸਟੇਟ ਸੀ ਉਹ ਸਟੇਟ ਵਸਦੇ ਸੀ ਇਸ ਤੋਂ ਬਾਅਦ ਬਾਦਲ ਸਾਹਿਬ ਨੇ 1966 ਦੇ ਵਿੱਚ ਇਹਦੀ ਪਾਵਰ ਸਾਰੀ ਸੈਂਟਰ ਨੂੰ ਖੁਦ ਦਿੱਤੀ ਹੈ ਇਲੈਕਸ਼ਨ ਕਰਾਨ ਦੀ ਤੇ ਉਹ ਉਹ ਉਦੋਂ ਦਾ ਕਾਲਾ ਵਾਲਾ ਚੱਲਦਾ ਪਿਆ ਸੋ ਜਸਕਰ ਸਾਹਿਬ ਤੁਸੀਂ ਬੜੀ ਵੱਡੀ ਗੱਲ ਕਹੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਰੇ ਮੈਂਬਰਾਂ ਨੂੰ ਅਧਿਕਾਰ ਹੈ ਕਿ ਉਹ ਆਪਣਾ ਪ੍ਰਧਾਨ ਚੁਣ ਸਕਦੇ ਨੇ ਨਿਰਪੱਖ ਤੌਰ ਉਪ ਦੇ ਵਿੱਚ ਤੁਸੀਂ ਜਿਸ ਵੇਲੇ ਉਸ ਪਾਸੇ ਸੀ ਉਸ ਧਿਰ ਵਿੱਚ ਸ਼ਾਮਲ ਸੀ ਜਿਹੜੀ ਇਸ ਵੇਲੇ ਕਾਬਜ ਹੈਗੀ ਹੈ ਤੁਸੀਂ ਉਹਨੂੰ ਬਿਦਾਵਾ ਦੇ ਕੇ ਬਾਹਰ ਆ ਗਏ ਹੋ ਵੀ ਤੁਹਾਨੂੰ ਕੀ ਲੱਗਦਾ ਹੈਗਾ ਵੀ ਤੁਸੀਂ ਜਿਹੜਾ ਬਿਦਾਵਾ ਦਿੱਤਾ ਉਹ ਠੀਕ ਦਿੱਤਾ ਸੀ ਮੈਂ ਬਿਦਾਵਾ ਨਹੀਂ ਦਿੱਤਾ ਮੈਂ ਕਿਉਂਕਿ ਜਿਹੜਾ ਪੋਲਿਟੀਕਲ ਜਿਹੜਾ ਹੈਗਾ ਸਿਸਟਮ ਹੈ ਤੇ ਮੈਂ ਉਹ ਇਹਨਾਂ ਦੀ ਜਿਹੜਾ ਜਿਹੜਾ ਹੁਣ ਮੌਜੂਦ ਹੈ ਜਿਹੜਾ ਕਾਬਜ ਨੇ ਸ਼ਰਮਣੀ ਕਾਲੀ ਦਲ ਤੇ ਮੈਨੂੰ ਉਹਨਾਂ ਦੇ ਵਿੱਚੋਂ ਜਦੋਂ ਮੈਂ ਆਪਣੇ ਆਪ ਨੂੰ ਥੋੜਾ ਮਹਿਸੂਸ ਕੀਤਾ ਵੀ ਕੁੱਟਣ ਮਹਿਸੂਸ ਕੀਤਾ ਤੇ ਮੇਰੇ ਕੋਲੇ ਕੋਈ ਵਿਕਲਪ ਨਹੀਂ ਸੀ ਮੈਂ ਕਿਹਾ ਵੀ ਚਲੋ ਮੈਂ ਵਿਚਰਨਾ ਤੇ ਹੈ ਹੀ ਤੇ ਮੈਂ ਹੋਰ ਪਾਸੇ ਨੂੰ ਅਖਚਾਰ ਕਰ ਲਿਆ ਲੇਕਿਨ ਮੈਂ ਪੰਥਕ ਮੇਰੀ ਸੋਚ ਹੈ ਪੰਥਕ ਮੇਰਾ ਅਜੰਡਾ ਹੈ ਮੇਰੀ ਮੈਂ ਗੁਰਸਿੱਖੀ ਨੂੰ ਸਮਰਪਿਤ ਹੈ ਉਸ ਉਸ ਅਨੁਸਾਰ ਹੀ ਮੈਂ ਜੀਵਨ ਬਤਰਾ ਕਰ ਰਿਹਾ ਕਿਸੀ ਆਪਣੀ ਜ਼ਮੀਰ ਦੀ ਆਵਾਜ਼ ਨੂੰ ਸੁਣਿਆ ਉਸ ਧੜੇ ਨੂੰ ਛੱਡਿਆ ਬਤੌਰ ਤੁਸੀਂ ਐਸੋਲਿਕ ਸ਼੍ਰੋਮਣਿਕ ਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਦੇ ਰੂਪ ਵਿੱਚੋਂ ਪੰਥ ਦੀ ਸੇਵਾ ਕਰ ਰਹੇ ਹੋ ਸੰਗਤ ਦੀ ਸੇਵਾ ਕਰ ਰਹੇ ਹੋ ਪਰ ਕੀ ਤੁਹਾਨੂੰ ਮਹਿਸੂਸ ਨਹੀਂ ਹੁੰਦਾ ਵੀ ਮੈਂ ਹੁਣ ਉਸ ਧੜੇ ਨੂੰ ਛੱਡ ਕੇ ਜਦੋਂ ਬਾਹਰ ਆ ਗਿਆ ਕਿ ਮੇਰੀ ਕੁਝ ਲਿਮਿਟੇਸ਼ਨਸ ਘਟ ਗਈਆਂ ਨੇ ਜਾਂ ਮੇਰੀ ਕੁਝ ਪਾਵਰ ਘਟ ਗਈ ਹੈ ਮੈਨੂੰ ਇਹਨਾਂ ਦੀਆਂ ਲਿਮਿਟੇਸ਼ਨ ਦੇ ਨਾਲ ਕੋਈ ਬਹੁਤਾ ਫਰਕ ਨਹੀਂ ਪੈਂਦਾ ਮੈਨੂੰ ਮੈਂ ਗੁਰੂ ਦੇ ਆਸ਼ੀਰਵਾਦ ਅਨੁਸਾਰ ਗੁਰੂ ਜੀ ਦੀ ਰਹਿਮਤ ਦੇ ਅਨੁਸਾਰ ਮੈਂ ਜੋ ਮੈਂ ਕੰਮ ਕਰਦਾ ਹੁਣ ਵੀ ਕਰਦਾ ਮੈਂ ਹਰ ਵੇਲੇ ਮੈਂ ਤੁਸੀਂ ਤਾਂ ਕਰ ਰਹੇ ਹੋ ਬਾਕੀ ਮੈਂਬਰ ਵੀ ਸਾਰੇ ਕਰਦੇ ਨੇ ਬਾਕੀ ਮੈਂਬਰ ਕਰਦੇ ਨੂੰ ਆਪਣੇ ਆਪਣੇ ਲੈਵਲ ਤੇ ਕਰਦੇ ਹੁਣ ਪਰ ਮੈਂ ਕਰਦਾ ਕਿਉਂਕਿ ਮੇਰੇ ਮੈਂ ਨਾ ਮੈਂ ਬੜੀ ਥੱਲਿਓਂ ਚੱਲਿਆ ਹੋਇਆ ਮੈਂ ਜਿਹੜਾ ਹੈਗਾ ਮੇਰੇ ਅੰਦਰ ਦਰਦ ਹੈਗਾ ਦਰਦ ਹੈ ਮੇਰੇ ਅੰਦਰ ਵੀ ਜਿਹੜੇ ਸਾਡੇ ਜਿਹੜੇ ਸਿਕਸ ਸੰਸਾਰ ਹੈ ਇਹਦੇ ਵਿੱਚ ਬੜੀਆਂ ਸਾਨੂੰ ਚਿੰਤਾਵਾਂ ਦੇ ਵਿੱਚ ਹੁੰਦੀਆਂ ਅਸੀਂ ਜਿਹੜੇ ਗੁਜ਼ਰਦੇ ਆ ਇਹ ਚਿੰਤਾਵਾਂ ਦੂਰ ਕਰਨ ਦੇ ਲਈ ਸਾਨੂੰ ਤੇ ਕੁਝ ਤੋਂ ਕਰ ਨਹੀਂ ਪਾਉਗਾ ਸਾਡੀ ਡਿਊਟੀ ਤੇ ਨਿਭਾਉਣੀ ਪਊਗਾ ਨਾ ਸਾਨੂੰ ਨਮੋੜੇ ਚਾਹੀਦੀ ਹੈ ਠੀਕ ਹੈ ਜੀ ਸੋ ਵੀਰ ਜੀ ਅਮਰਪਾਲ ਜੀ ਮੇਰਾ ਵੀਰ ਜੀ ਤੁਹਾਨੂੰ ਸਵਾਲ ਆਇਆ ਹੈਗਾ ਵੀ ਸ਼੍ਰੋਮਣਿਕ ਕਮੇਟੀ ਦੇ ਜਿਹੜੇ ਮੌਜੂਦਾ ਮੈਂਬਰ ਨੇ ਉਹ ਜਿਹੜੇ ਆਉਣ ਵਾਲੀ ਹੁਣ ਇਲੈਕਸ਼ਨ ਹੈਗੀ ਹੈ ਕਿ ਆਪਣੀ ਜ਼ਮੀਰ ਦੀ ਆਵਾਜ਼ ਨੂੰ ਜਗਾਣਗੇ ਕੁਛ ডিসিশਨ ਵਧੀਆ ਲੈਣਗੇ ਪ੍ਰਧਾਨ ਵਾਸਤੇ ਕੋਈ ਨਵਾਂ ਪ੍ਰਧਾਨ ਚੁਣ ਸਕਦੇ ਨੇ ਦੇਖੋ ਉੱਥੇ ਜ਼ਮੀਰ ਦੀ ਆਵਾਜ਼ ਕਿਸੇ ਨੇ ਨਹੀਂ ਸੁਣਨੀ ਜੇ ਜ਼ਮੀਰ ਦੀ ਆਵਾਜ਼ ਹੀ ਸੁਣਨੀ ਹੁੰਦੀ ਤੇ ਗੁਰੂ ਰੰਥਾ ਜਦੋਂ ਬੇਦਵੀ ਹੋਈ ਹੈ ਬਰਗਾੜੀ ਕਾਂਡ ਹੋਇਆ ਕੋਟਪੂਰਾ ਕਾਂਡ ਹੋਇਆ ਉਦੋਂ ਜ਼ਮੀਰ ਦੀ ਆਵਾਜ਼ ਸੁਣੀ ਜਾ ਸਕਦੀ ਸੀ 327 ਰੂਪ ਗਵਾਚ ਗਏ ਨੇ ਉਦੋਂ ਵੀ ਜ਼ਮੀਰ ਦੀ ਆਵਾਜ਼ ਸੁਣੀ ਜਾ ਸਕੀ ਸੀ ਹੁਣ ਮਸਲਾ ਸਿਰਫ ਪੋਲੀਟਿਕਲ ਹੈ ਇਹ ਜੀ ਸੱਤਾ ਹਾਸਲ ਕਰਨ ਦਾ ਇੱਕ ਜ਼ਰੀਆ ਵੀ ਮੈਂ ਪ੍ਰਧਾਨ ਬਣ ਜਾਵਾਂ ਮੈਂ ਪ੍ਰਧਾਨ ਬਣ ਕੇ ਆਪਣੀ ਇੱਕ ਇਮੇਜ ਕ੍ਰੀਏਟ ਕਰ ਲਾਂ ਸਮਾਜ ਦੇ ਵਿੱਚ ਇੱਥੇ ਤਾਂ ਗੱਲ ਨੂੰ ਰਾਜਨੀਤੀ ਜਾ ਸਕਾਂ ਜ਼ਮੀਰ ਜਿਹੜਾ ਇਹ ਸਿੰਗਲ ਤੋਂ ਆਏਗਾ ਜਬੀਰ ਉਹਦੀ ਪਹਿਲੇ ਖਤਮ ਹੋਈ ਹੋਏਗੀ ਇਹ ਗੱਲ 'ਚ ਕੋਈ ਸ਼ੱਕ ਨਹੀਂ ਹੈ ਤੁਸੀਂ ਜਿੰਨੀਆਂ ਉਦਾਹਰਨਾਂ ਕੋ ਮੈਂ ਤੁਹਾਨੂੰ ਦੇ ਸਕਦਾ ਜਬੀਰ ਵਾਲਾ ਕੋਈ ਉੱਥੇ ਮੁੱਦਾ ਨਹੀਂ ਹੈਗਾ ਤੇ ਜਿਹੜੇ ਆਪੋਜੀਸ਼ਨ 'ਚ ਬੈਠੇ ਨੇ ਜਿਉਂਦੀਆਂ ਜਾਗਦੀਆਂ ਜ਼ਮੀਰਾਂ ਵਾਲੇ ਆਪਣੇ ਆਪ ਨੂੰ ਕਹਿੰਦੇ ਨੇ ਕਿ ਉਹ ਇਸ ਵਾਰ ਕੁਝ ਅਚੰਭਾ ਦਿਖਾ ਸਕਦੇ ਨੇ ਜਿਹੜੇ ਜਿੰਦੀਆਂ ਜਾਗਦੀਆਂ ਜ਼ਮੀਰਾਂ ਕਹਿੰਦੇ ਨੇ ਉਹ ਵੀ ਸਾਰਾ ਕੁਝ ਦੇਖ ਕੇ ਸਤਾ ਦਾ ਹਰ ਸੁੱਖ ਹੰਡਾ ਕੇ ਫੇਰ ਹੀ ਆਏ ਨੇ ਉਹਨਾਂ ਨੂੰ ਲੱਗਦਾ ਵੀ ਹੁਣ ਇਸ ਪਾਰਟੀ 'ਚ ਕੋਈ ਦਮ-ਘਮ ਨਹੀਂ ਰਹਿ ਗਿਆ ਤੇ ਅਸੀਂ ਆਪਣਾ ਇੱਕ ਨਵਾਂ ਸਿਸਟਮ ਕ੍ਰੀਏ ਨਵੀਂ ਰਾਜਨੀਤੀ ਜਾਈਏ ਜਮੀਰ ਮੈਂ ਤੁਹਾਨੂੰ ਫੇਰ ਕਹਿ ਰਿਹਾ ਉੱਥੇ ਕੋਈ ਨਹੀਂ ਹੈਗੀ ਹਾਂ ਕੁਝ ਮੈਂਬਰ ਹੈਗੇ ਨੇ ਜਿਹੜੇ ਸ਼ੁਰੂਤੋਂ ਫਾਈਟ ਕਰਦੇ ਆ ਰਹੇ ਨੇ ਸ਼ਰੋਨੀ ਕਲਦਲ ਦੇ ਵਿੱਚ ਰਹਿ ਕੇ ਹਰ ਪਾਸੇ ਚੰਗੇ ਬਾੜੇ ਬੰਦੇ ਹੁੰਦੇ ਨੇ ਬੁਤਾਦ ਜੜੀ ਉਹ ਕੋਈ ਇਹੋ ਜਿਹੀ ਨਹੀਂ ਹੈਗੀ ਜੀ ਇਸ ਹਾਊਸ ਦੇ ਵਿੱਚ ਸੋ ਜਸਪਰ ਜੀ ਜਿੱਦਾਂ ਵੀਰ ਜੀ ਨੇ ਸਾਨੂੰ ਦੱਸਿਆ ਹੈਗਾ ਵੀ ਜੂੰਦੀਆਂ ਜਾਗਦੀਆਂ ਜ਼ਮੀਰਾਂ ਵਾਲੇ ਮੈਂਬਰ ਜਿਹੜੇ ਨੇ ਉਹਨਾਂ ਦੀ ਗਿਣਤੀ ਬੜੀ ਘਟ ਗਈ ਹੈ ਇਸ ਆਪਜੀ ਨੂੰ ਲੱਗਦਾ ਹੈਗਾ ਵੀ ਜਿੱਦਾਂ ਦੀ ਹੁਣ ਇਲੈਕਸ਼ਨ ਹੋਣ ਜਾ ਰਹੀ ਹੈ ਕਿ ਉਹ ਲਫਾਫਾ ਕਲਚਰ ਜਿਹੜਾ ਚੱਲ ਰਿਹਾ ਜਿਹਨੂੰ ਆਪਾਂ ਲਫਾਫੇ ਕਲਚਰ ਚ ਕਹਿੰਦੇ ਨੇ ਪ੍ਰਧਾਨ ਬਾਹਰ ਆ ਜਾਂਦਾ ਹੈ ਉਹ ਜਾਰੀ ਰਹੇ ਇੱਕ ਬਸਤੂ ਇਹ ਲਫਾਫਾ ਕਲਚਰ ਜਿਹੜਾ ਹੈਗਾ ਨਾ ਉਹੀ ਹੈ ਵੀ ਜਿਹੜਾ ਹੈਗਾ ਵੀ ਉਹ ਪਾਰਟੀ ਪ੍ਰਧਾਨ ਹੈ ਜਿਹੜਾ ਉਹ ਭੇਜ ਦਿੰਦਾ ਨਾਮ ਲਿਖ ਕੇ ਉਹ ਨਾਮ ਉੱਥੇ ਪੇਸ਼ ਹੋ ਜਾਂਦਾ ਹੈ ਉਹਦੀ ਤਾਂ ਇਹਦਾ ਤੇ ਮੈਜੀਦ ਹੋ ਜਾਂਦੀ ਹੈ ਲੇਕਿਨ ਐ ਸੈਟਲਮੈਂਟ ਪਹਿਲਾਂ ਹੀ ਹੋਈ ਹੁੰਦੀ ਹੈ ਨਾ ਨਹੀਂ ਸੈਟਲਮੈਂਟ ਨਹੀਂ ਸੈਟਲਮੈਂਟ ਤਾਂ ਉਹਨਾਂ ਨੇ ਆਪਣੇ ਨਾਲ ਦੇ ਲੀਡਰ ਵਿਚਾਰ ਕਰਕੇ ਕਰਦੇ ਲੇਕਿਨ ਮੈਂ ਇਹ ਗੱਲ ਕਹਿਣਾ ਵੀ ਐਤਕੀ ਜਿਹੜਾ ਹੈਗਾ ਜਿਹਦੇ ਹਾਲਾਤ ਇਦਾਂ ਦੇ ਨਹੀਂ ਐਤਕੀ ਉਦਾਂ ਨਹੀਂ ਹੋ ਸਕਣਾ ਐਤਕੀ ਜਿਹੜਾ ਹੈਗਾ ਡੈਮੋਕਰੇਟਡ ਨਾਲ ਉੱਥੇ ਚੋਣ ਹੋਊਗੀ ਚੋਣ ਦੇ ਵਿੱਚ ਕਾਫੀ ਪੂਰੀ ਤਿੱਖੀ ਨਜ਼ਰ ਜਿਹੜੀ ਹੈ ਉਹ ਰੱਖੀ ਜਾਊਗੀ ਸਾਰੇ ਮਤਲਬ ਤੁਹਾਡੀ ਕਹਿੰਦਾ ਗੱਲ ਹੈਗੀ ਸੰਭਾਵਨਾ ਹੈਗੀ ਵੀ ਇਸ ਵੇਲੇ ਜਿਹੜਾ ਹਾਊਸ ਦੀ ਇਲੈਕਸ਼ਨ ਜਿਹੜੀ ਵੋਟਿੰਗ ਹੋ ਸਕਦੀ ਹੈ ਹਾਂ ਵੋਟਿੰਗ ਤਾਂ ਹੋਊਗੀ ਵੋਟਿੰਗ ਹੋਊਗੀ ਕਿਉਂਕਿ ਸਪਾਈਸਟ ਹੈ ਕਿਉਂਕਿ ਜਿਸ ਤਰ੍ਹਾਂ ਦੇ ਹੁਣ ਹਾਲਾਤ ਬਣੇ ਹੋਏ ਨੇ ਮੈਨੂੰ ਨਹੀਂ ਲੱਗਦਾ ਕਿ ਕੋਈ ਹੁਣ ਕੋਈ ਜਿਹੜਾ ਹੈਗਾ ਵੀ ਉਹ ਕੋਈ ਪਿੱਛੇ ਹਟਣ ਵਾਲੀ ਗੱਲ ਹੈ ਜਾਊਗੀ ਹੋਰ ਅਗਲਾ ਇਲੈਕਸ਼ਨ ਹੋਊਗੀ ਕਿਉਂਕਿ ਪਿਛਲੇ ਥੋੜੇ ਬੰਦੀ ਤਾਂ ਵੀ ਹੋਈ ਹੈ ਅਮਰਪਾਲ ਜੀ ਤੁਹਾਨੂੰ ਕੀ ਲੱਗਦਾ ਹੈਗਾ ਵੀ ਜਿਸ ਤਰ੍ਹਾਂ ਇਹ ਨਾਲ ਗੱਲ ਆਕੀ ਹੈ ਵੀ VOTING ਦੀ ਸੰਭਾਵਨਾ ਹੈਗੀ ਹੈ ਪਰ ਉਸ VOTING ਦੀ ਸੰਭਾਵਨਾ ਚ ਕੀ ਸ਼੍ਰੋਣੀ ਕਮੇਟੀ ਦੇ ਮੈਂਬਰਾਂ ਦਾ ਮੁੱਲ ਵੀ ਪੈ ਸਕਦਾ ਦੇਖੋ ਜਿਹੜੀ ਹੁਣ ਸੰਭਾਵਨਾ ਦੀ VOTING ਦੀ ਗੱਲ ਕੀਤੀ ਹੈ ਮੈਂ ਤੁਹਾਨੂੰ ਥੋੜਾ ਪਿੱਛੇ ਲੈ ਜਾਨਾ ਐਸਰ ਜ਼ਰੂਰ ਕੁਝ ਸ਼੍ਰੋਣੀ ਕਦਰ ਬਦਲ ਹੋਈ ਨਵਾਂ ਸੋਚ ਲਿਆ ਹੋਏਗਾ ਕਿਉਂਕਿ ਦੋ ਸਬਦਾਨ ਰੱਖਣ ਦੇ ਦੋਸ਼ ਵਿੱਚ ਆਲਰੇਡੀ ਕੇਸ ਚੱਲ ਰਿਹਾ ਹੈ ਜੇ ਹੁਣ ਛੋਣੀ ਕਮੇਟੀ ਦਾ ਛੋਣੀ ਅਕਾਲੀ ਦਲ ਦਾ ਪ੍ਰਧਾਨ ਦੁਬਾਰਾ ਫੈਸਲਾ ਕਰਦਾ ਵੀ ਮੇਰੇ ਲਫਾਫੇ ਚੋਂ ਜਾਂ ਉਹਦੀ ਮਰਜ਼ੀ ਦੇ ਨਾਲ ਪ੍ਰਧਾਨ ਚੁਣਿਆ ਜਾਂਦਾ ਤੇ ਕੱਲ ਨੂੰ ਇਹ ਟੈਕਨੀਕਲੀ ਪ੍ਰੋਬਲਮ ਇਸ ਕੇ ਚ ਆ ਜਾਣੀ ਹੈ ਜੀ ਸੋ ਮੈਨੂੰ ਲੱਗਦਾ ਵੀ ਛੋਣੀ ਕਲ ਜਿਹੜਾ ਬਦਲ ਅਕਾਲੀ ਦਲ ਹੈ ਉਹ ਛੋਣੀ ਕਮੇਟੀ ਦਾ ਪ੍ਰਧਾਨ ਚੁਣਨ ਵਿੱਚ ਆਪਣੀ ਭੂਮਿਕਾ ਤਾਂ ਨਿਭਾਏਗਾ ਲੇਕਿਨ ਇਸ ਢੰਗ ਨਾਲ ਨਿਭਾਏਗਾ ਜਿਵੇਂ ਹੁਣ ਕਾਂਗਰਸ ਨੇ ਰਾਹੁਲ ਗਾਂਧੀ ਨੇ ਭੂਮਿਕਾ ਨਿਭਾਈ ਇਹਨੂੰ ਖੜਗੇ ਨੂੰ ਪ੍ਰਧਾਨ ਚੁਣ ਕੇ ਆਫੀਸ਼ੀਅਲੀ ਤੌਰ ਤੇ ਤਾਂ ਉਹ ਇੱਕ ਡੈਮੋਕਰੈਟਿਕ ਰਸਤਾ ਹੀ ਬਣਾਇਆ ਗਿਆ ਪਰ ਉਹਦੇ ਪਿੱਛੇ ਉਹ ਹੈ ਰਾਹੁਲ ਉਹ ਮਤਲਬ ਕਾਂਗਰਸ ਪਰਿਵਾਰ ਦੀ ਸੋਨੀਆ ਪਰਿਵਾਰ ਦੀ ਹੈਗੇ ਮਤਲਬ ਤੁਹਾਡਾ ਵਿਚਾਰ ਹੈਗਾ ਕਿ ਡਾਇਰੈਕਟਲੀ ਤੇ ਇਨਡਾਇਰੈਕਟਲੀ ਰੂਪ ਦੇ ਵਿੱਚ ਚੱਲਣੀ ਉਹਨਾਂ ਦੀ ਹੈ ਚੱਲਣੀ ਉਹਨਾਂ ਦੀ ਹੈ ਲੇਕਿਨ ਥੋੜਾ ਸ਼ਾਇਦ ਰੂਪ ਰੰਗ ਐਸਾ ਬਦਲ ਜਾਵੇ ਕਿਉਂਕਿ ਇੱਕ ਗੱਲ ਹੋਰ ਬਹੁਤ ਐਮ ਹੈਗੀ ਇਹ ਵੀ ਐਸਾ ਜਿਹੜਾ ਵਿਰੋਧ ਹੈ ਨਾ ਉਹ ਪਾਰਟੀ ਦੇ ਅੰਦਰੋਂ ਹੋ ਰਿਹਾ ਹੈ ਜੀ ਅੱਜ ਤੱਕ ਪਿਛਲੇ ਸਮੇਂ ਜਿੰਨਾ ਵੀ ਵਿਰੋਧ ਹੋਇਆ ਪਾਰਟੀ ਦੇ ਬਾਹਰ ਹੋਇਆ ਹੈ ਭਾਵੇਂ ਜਿਥੇ ਰਜੀਤ ਸਿੰਘ ਉਹਨਾਂ ਨੇ ਕੀਤਾ ਜਾਂ ਵਿਡਾਲਾ ਸਾਹਿਬ ਨੇ ਜਾਂ ਜਿਨੇ ਵੀ ਕੀਤਾ ਤੇ ਐਸਰ ਇੱਕ ਨਵੀਂ ਸੈਸ਼ਨ ਕ੍ਰੀਏਟ ਹੋ ਗਈ ਇਹ ਹਾਲਾਤ ਇਸ ਤਰ੍ਹਾਂ ਪਹੁੰਚ ਗਏ ਜੀ ਪਾਰਟੀ ਦੇ ਅੰਦਰੋਂ ਵਿਰੋਧ ਹੋਇਆ ਵੀ ਬੀਬੀ ਜਗੀਰ ਕੌਰ ਦਾ ਜਿਹੜਾ ਹਾਂ ਵਿਰੋਧ ਹੋ ਰਿਹਾ ਉਹਨਾਂ ਵਿੱਚੋਂ ਨਾ ਕੀਤਾ ਦੇਖੋ ਆਉਣ ਵਾਲੇ ਸਮੇਂ 'ਚ ਕੀ ਹੁੰਦਾ ਵੇਟ ਕਰੋ ਜਸਕਰ ਸਾਹਿਬ ਤੁਹਾਡੇ ਤੇ ਆਈਏ ਦੁਬਾਰਾ ਭਾਈ ਸਾਹਿਬ ਨੇ ਬੜੀ ਅੱਛੀ ਗੱਲ ਕਹੀ ਹੈ ਸਰਦਾਰ ਅਮਰਪਾਲ ਸਿੰਘ ਜੀ ਨੇ ਵੀ ਬੀਬੀ ਜਗੀਰ ਕੌਰ ਜਿਹੜੀ ਹੈ ਉਹ ਆਪਣੇ ਆਪ ਨੂੰ ਇੱਕ ਸਟਰੋਂਗ ਕੈਂਡੀਡੇਟ ਦੇ ਰੂਪ ਵਿੱਚ ਜੋ ਲੈ ਕੇ ਆ ਰਹੀ ਹੈ ਸ਼੍ਰੋਮਣੀ ਕਮੇਟੀ ਦੇ ਪ੍ਰਧਾਨਗੀ ਦੇ ਪਦ ਦੇ ਲਈ ਦੂਜੇ ਪਾਸੇ ਸਰਦਾਰ ਹਰਜਿੰਦਰ ਸਿੰਘ ਧਮੀ ਸਾਹਿਬ ਵੀ ਹੈਗੇ ਨੇ ਜੋ ਮੌਜੂਦਾ ਪ੍ਰਧਾਨ ਨੇ ਐਸੇ ਵੇਲੇ ਆਪ ਜੀ ਨੂੰ ਕੀ ਲੱਗਦਾ ਹੈ ਵੀ ਇਹ ਦੋਨੇ ਪ੍ਰਧਾਨ ਜਿਹੜੇ ਹੈਗੇ ਨੇ ਇਸ ਵੇਲੇ ਦਾਵੇਦਾਰੀ ਇਹਨਾਂ ਚ ਬੈਸਟ ਕੋਣ ਹੈ ਵੀ ਜਿਹੜਾ ਉਹ ਸੰਸਥਾ ਦਾ ਨਾਂ ਨਕਸ਼ ਉਹਦੀ ਅਕਸ ਸੁਧਾਰ ਸਕੇਗਾ ਗੁਰਦਾਰੇ ਦੇ ਪ੍ਰਬੰਧ ਨੂੰ ਨਿظام ਨੂੰ ਇੱਕ ਨਵਾਂ ਚਿਹਰਾ ਮੋਹਰਾ ਦੇ ਸਕੇਗਾ ਤੁਹਾਨੂੰ ਕੀ ਲੱਗਦਾ ਕੋਣ ਅੰਚ ਕਿਹੜਾ ਡਿਜ਼ਰਵ ਕਰ ਰਿਹਾ ਹੈ ਦੇਖੋ ਗੱਲ ਦੋਨਾਂ ਦੇ ਵਿੱਚੋਂ ਡਿਜ਼ਰਵ ਕਰਨ ਦੀ ਨਹੀਂ ਹੈ ਗੱਲ ਹੈ ਵੀ ਸਾਨੂੰ ਜਿਹੜੀ ਪੰਥਕ ਵਿਧਾਨ ਹੈ ਪੰਥਕ ਸਿਧਾਂਤ ਨੇ ਪੰਥਕ ਝੰਡਾ ਹੈ ਪੰਥਕ ਪਰੰਪਰਾਵਾਂ ਨੇ ਸਾਡੇ ਬڑے ਕੌਮੀ ਮਸਲੇ ਨੇ ਜਿਹੜੇ ਉਹਨਾਂ ਨੂੰ ਹੱਲ ਕਰਨ ਦੀ ਜਿਹਦੇ ਅੰਦਰ ਕਿੰਨੀ ਕ ਭਾਵਨਾ ਹੈ ਕਿੰਨੀ ਉਹਦੇ ਅੰਦਰ ਚਿੰਤਾ ਹੈ ਚਿੰਤਕ ਲੋਕ ਜਿਹੜੇ ਨੇ ਪੰਥਦਰ ਦੀ ਜਿਹੜੇ ਲੋਕ ਨੇ ਜਿਹੜੇ ਗੁਰਬਾਣੀ ਅਤੇ ਸਿੱਖ ਇਤਿਹਾਸ ਦੇ ਨਾਲ ਪੂਰਨ ਤੌਰ ਤੇ ਲੇਪਤ ਹੋਏ ਨੇ ਇਦਾਂ ਦੇ ਲੋਕਾਂ ਨੂੰ ਜਰੂਰ ਮੌਕਾ ਮਿਲਣਾ ਚਾਹੀਦਾ ਹੈ ਨਹੀਂ ਮੇਰਾ ਵੀ ਸਵਾਲ ਹੈਗਾ ਜਥੇਦਾਰ ਜੀ ਇਸ ਵੇਲੇ ਦੋਨਾਂ ਵਿੱਚੋਂ ਕੌਣ ਯੋਗਤਾ ਜੀ ਦੀ ਵਧੀਆ ਲੱਗਦੀ ਤੁਹਾਡੇ ਹਿਸਾਬ ਨਾਲ ਵੀ ਉਹਨੂੰ ਸਾਰੇ ਮੈਂਬਰ ਪ੍ਰਵਾਨ ਕਰ ਲੈਣ ਦੇਖੋ ਦੋਨੋਂ ਜਿਹੜੇ ਬੰਦੇ ਨੇ ਜੀ ਉਹ ਆਪਣੇ ਆਪਣੀ ਸਮਰੱਥਾ ਦੇ ਅਨੁਸਾਰ ਆਪਣੇ ਲੱਗੇ ਹੋਏ ਨੇ ਤੇ ਉਹ ਜਿਹਨੂੰ ਗੁਰਾਮਦਾਸ ਜੀ ਦੀ ਬਖਸ਼ਿਸ਼ ਹੋਣੀ ਹੈ ਉਹਨੇ ਬਣ ਜਾਣਾ ਹੈ ਤੇ ਤੁਹਾਨੂੰ ਲੱਗਦਾ ਨਹੀਂ ਕਿ ਤੀਸਰਾ ਪ੍ਰਧਾਨ ਤੁਹਾਡੇ ਮੈਂਬਰਾਂ ਚ ਕੋਈ ਹੋਰ ਵੀ ਅੱਗੇ ਆ ਸਕਦਾ ਕੋਈ ਸੁਲਜਿਆ ਹੋਰ ਵਿਅਕਤੀ ਕਿਉਂਕਿ ਇਹਨਾਂ ਦੇ ਕਾਰਜਕਾਲ ਵਿੱਚ ਵੀ ਕਾਫੀ ਘਟਨਾਵਾਂ ਵਾਪਰ ਚੁੱਕੀਆਂ ਨੇ ਨਿظام ਜਿਹੜਾ ਸ਼੍ਰੋਮਣੀ ਕਮੇਟੀ ਦਾ ਉਹ ਉਹਨੇ ਤਰੀਕੇ ਨਾਲ ਵਧੀਆ ਨਹੀਂ ਬਣ ਸਕਿਆ ਜਿਨ੍ਹਾਂ ਨੇ ਇਹ ਸੋਚ ਰੱਖੀ ਸੀ ਵੀ ਅਸੀਂ ਸੁਧਾਰ ਕਰਾਂਗੇ ਖਾਸ ਕਰਕੇ ਧਾਮੀ ਸਾਹਿਬ ਦਾ ਤੁਸੀਂ ਪਿਛਲਾ ਅਰਸਾ ਦੇਖ ਲਓ ਇਹਦੇ ਵਿੱਚ ਜੋ ਵਾਕਿਆਤ ਹੋਏ ਨੇ ਚਾਹੇ ਕ੍ਰਿਸਚਨਰ ਦਾ ਵਾਕਿਆਤ ਹੋਇਆ ਚਾਹੇ ਤੁਸੀਂ ਦੇਖ ਲਓ ਬੰਦੀ ਸਿੰਘਾਂ ਦੀ ਰਿਹਾਈ ਦਾ ਮਸਲਾ ਨਹੀਂ ਹੱਲ ਹੋ ਸਕਿਆ ਸ਼੍ਰੋਮਣੀ ਕਮੇਟੀ ਦੇ ਲੋਕੀ ਤਾਂ ਇੱਥੋਂ ਤੱਕ ਕਹਿੰਦੇ ਨੇ ਸੰਗਤ ਕਹਿ ਰਹੀ ਹੈ ਵੀ ਸਭ ਤੋਂ ਵੀਕ ਪ੍ਰੈਜ਼ੀਡੈਂਟ ਧਮੀ ਸਾਹਿਬ ਸਾਬਤ ਹੋਏ ਨੇ ਜਿਨ੍ਹਾਂ ਨੂੰ ਨਾ ਰਾਸ਼ਟਰਪਤੀ ਟਾਈਮ ਦੇ ਰਿਹਾ ਮਿਲਣ ਦਾ ਨਾ ਪ੍ਰਧਾਨ ਮੰਤਰੀ ਦੇ ਰਿਹਾ ਨਾ ਰੱਖਿਆ ਮੰਤਰੀ ਦੇ ਰਿਹਾ ਵੀ ਤੁਸੀਂ ਕੀ ਸਮਝਦੇ ਹੋ ਵੀ ਇਸ ਤਰ੍ਹਾਂ ਦੇ ਜਿਹੜੇ ਪ੍ਰਧਾਨ ਨੇ ਉਹ ਆਉਣ ਵਾਲੇ ਸਮੇਂ ਚ ਸਫਲ ਹੋ ਸਕਦੇ ਨੇ ਦੇਖੋ ਸਫਲ ਹੋਣਾ ਤਾਂ ਉਹਨਾਂ ਦੀ ਆਪਣੀ ਉਹਦੇ ਤੇ ਹੈ ਵੀ ਉਹ ਕਿੰਨਾ ਕੁ ਆਪਣੀ ਜਿਹੜੀ ਹੈਵੇ ਦੇਵਤਾ ਦੇ ਅਨੁਸਾਰ ਕੰਮ ਕਰਦੇ ਨੇ ਤੇ ਲੇਕਿਨ ਪਿੱਛੇ ਜੇ ਥੋੜਾ ਜਿਹਾ ਵਾਕਿਆਤ ਜਾਣ ਦਾ ਯਤਨ ਕਰੀਏ ਤੇ ਕੋਈ ਸਮਾਂ ਐਸਾ ਵੀ ਜਦੋਂ ਬਾਬਾ ਖੜਕ ਸਿੰਘ ਜੀ ਪ੍ਰਧਾਨ ਸੀ ਤੇ ਜਿਹੜੀਆਂ ਅੰਗਰੇਜ਼ਾਂ ਤੋਂ ਚਾਬੀਆਂ ਤਲਵਾਰ ਦੀ ਨੋਕ ਤੇ ਲਈਆਂ ਸੀ ਨਹੀਂ ਪਰ ਉਦੋਂ ਦੇ ਖੜਕ ਸਿੰਘ ਨੂੰ ਤੁਹਾਨੂੰ ਲੱਗਦਾ ਕਿ ਉਸ ਤੋਂ ਉਸ ਤੋਂ ਬਾਅਦ ਮਾਸਟਰ ਤਾਰਾ ਸਿੰਘ ਜੀ ਵੀ ਰਹੇ ਨੇ ਬੜੇ ਕਿਰਪਾਲ ਸਿੰਘ ਚੱਕ ਸ਼ੇਰਵਾ ਉਹ ਰਹੇ ਨੇ ਤੇ ਮੱਕੜ ਸਾਹਿਬ ਰਹੇ ਨੇ ਹੁਣ ਟੋੜਾ ਸਾਹਿਬ ਦੀ ਆਪਾਂ ਜ਼ਿਕਰ ਕਰੀਏ ਪੰਥਰਾਤ ਜਸ ਸਿੰਘ ਉਧਾਰ ਸਿੰਘ ਟੋੜਾ ਤੇ ਉਹਨਾਂ ਦੇ ਵੇਲੇ ਵੀ ਤੁਸੀਂ ਦੇਖੋ ਬਈ ਦਿੱ ਜਦੋਂ ਇੱਕ ਬਿਆਨ ਦੇਂਦੇ ਦਿੱਲੀ ਕੰਮ ਉੱਠਦੀ ਸੀ ਜੀ ਲੇਕਿਨ ਇਹ ਹੁਣ ਉਸ ਤੋਂ ਬਾਅਦ ਥੋੜਾ ਜਿਹਾ ਇਹ ਮਹਿਸੂਸ ਸਾਰੀ ਸਿੱਖ ਕੌਮ ਕਰਤੇ ਰਹੀ ਹੈ ਕਿ ਲੇਕਿਨ ਜਿੱਦਾਂ ਦੇ ਹਾਲਾਤ ਬਣਦੇ ਜਾ ਰਹੇ ਨੇ ਅਸੀਂ ਉਸ ਥੱਲੇ ਦਾ ਲੈਵਲ ਜਿਹੜਾ ਅਰ ਨਹੀਂ ਹੋਣਾ ਚਾਹੀਦਾ ਜੀ ਸਰ ਜੀ ਮੇਰਾ ਕਹਿਣਾ ਹੈ ਕਿ ਇਹ ਸੰਗਤ ਮਹਿਸੂਸ ਕਰ ਰਹੀ ਹੈ ਵੀ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਇਸ ਦਾ ਵੀਕ ਪ੍ਰੈਜ਼ੀਡੈਂਟ ਫਰੋਮ ਐਸਜੀਪੀਸੀ ਤੁਸੀਂ ਕਿੰਨਾਕ ਸਹਿਮਤ ਹੋ ਇਹਦੇ ਨਾਲ ਨਹੀਂ ਵੀਕ ਨਹੀਂ ਮੈਂ ਕਹਿ ਸਕਦਾ ਜਿੰਨੇ ਕੋ ਉਹਨਾਂ ਨੇ ਉਹਨੇ ਕੰਮ ਕੀਤਾ ਜਿੰਨੇ ਕੋ ਕਰਦੇ ਨੇ ਪਰ ਮੈਂ ਇਥੋਂ ਉਹਨਾਂ ਦੇ ਨਾਲ ਇੰਨਾ ਕੁ ਜ਼ਰੂਰ ਨਹੀਂ ਸਹਿਮਤ ਹੈਗਾ ਕਿਉਂਕਿ ਇੱਕ ਜਿਹੜਾ ਕੌਮ ਦਾ ਪ੍ਰਧਾਨ ਹੈ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਜਿਸ ਦੀ ਬਸਾਰੀ ਸ਼ਹੀਦਾਂ ਦੀ ਨੀਹਾਂ ਤੇ ਹੋਈ ਹੈ ਬਹੁਤ ਵੱਡੀ ਸਾਡੀਆਂ ਜ਼ਿੰਮੇਵਾਰੀਆਂ ਨੇ ਤੇ ਉਹ ਇੱਕ ਕੌਮ ਦਾ ਪ੍ਰਧਾਨ ਆ ਉਹ ਇੱਕ ਡੀਸੀ ਕੋਲੇ ਚੱਲ ਕੇ ਜਾਵੇ ਤੇ ਡੀਸੀ ਉੱਥੇ ਉਹਨੂੰ ਘੱਟ ਡਿਬੇਟ ਕਰਵੇ ਉਹ ਨਹੀਂ ਜਾਣਾ ਚਾਹੀਦਾ ਮਨੋ ਉਹਦੀ ਪਰਸਨੈਲਿਟੀ ਡਾਊਨ ਹੋਈ ਹੈ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਸੋ ਸਰਦਾਰ ਅਮਰਿਤਪਾਲ ਸਿੰਘ ਜੀ ਬੜੀ ਵੱਡੀ ਗੱਲ ਕਹੀ ਹੈ ਵੀ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਦੀ ਇੱਕ ਪਰਸਨੈਲਿਟੀ ਵਿਸ਼ਵ ਰੂਪ ਚ ਦੇਖੀ ਜਾਂਦੀ ਸੀ ਕਿਸੇ ਵੇਲੇ ਬਿਲਕੁਲ ਚਾਹੇ ਉਹ ਪਿਛਲਾ ਪਾ ਇਤਿਹਾਸ ਦੇਖ ਲਈਏ ਮਾਸਟਰ ਤਾਰਾ ਸਿੰਘ ਵੀ ਦੇਖ ਲਈਏ ਬਾਬਾ ਖੜਕ ਸਿੰਘ ਦੇਖੀਏ ਟੋੜਾ ਸਾਹਿਬ ਦੇਖੀਏ ਜਸਵੰਤ ਕਾਰ ਸਿੰਘ ਮਕਰ ਲੱਲੀਏ ਬੀਬੀ ਜ਼ਗੀਰ ਕੋਹਰੀ ਪ੍ਰਧਾਨ ਸਾਹਿਬ ਰਏ ਨੇ ਕਾਫੀਆਂ ਵੱਡੀ ਵੱਡੀਆਂ ਸ਼ਤਾਬਦੀਆਂ ਬਣਾਈਆਂ ਨੇ ਔਰ ਵਿਸ਼ਵ ਭਰ ਦੇ ਵੱਡੇ ਵੱਡੇ ਆਗੂ ਇਹਨਾਂ ਦੇ ਕਹਿਣ ਦੇ ਸਮਾਗਮਾਂ 'ਚ ਆਉਂਦੇ ਰਹੇ ਨੇ ਤੇ ਜਦੋਂ ਇਹ ਜਾਂਦੇ ਸੀ ਤੇ ਇਹਨਾਂ ਦਾ ਇਸਤਿਖਬਾਲ ਵੀ ਬੜੇ ਅਸ਼ਿਆਨਾ ਢੰਗ ਨਾਲ ਹੁੰਦਾ ਸੀ ਪੂਰਾ ਸਤਿਕਾਰ ਦਿੱਤਾ ਜਾਂਦਾ ਸੀ ਵੀ ਸਿੱਖ ਕੌਮ ਦੀ ਸਿਦਮੋਰ ਜਥੇਬੰਦੀ ਦੇ ਪ੍ਰਧਾਨ ਸਾਹਿਬ ਸਾਡੇ ਕੋਲ ਆਏ ਨੇ ਤੇ ਇਹਨਾਂ ਦੀ ਗੱਲ ਵੀ ਸੁਣੀ ਜਾਂਦੀ ਸੀ ਪਰ ਅੱਜ ਐਸੀ ਦਸ਼ਾ ਬਣ ਗਈ ਹੈ ਵੀ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਆਪਣੇ ਦੇਸ਼ ਦੀ ਪ੍ਰਧਾਨ ਮੰਤਰੀ ਨੂੰ ਗ੍ਰਹਿ ਮੰਤਰੀ ਨੂੰ ਰੱਖਿਆ ਮੰਤਰੀ ਨੂੰ ਤਰਲੇ ਕਰ ਰਿਹਾ ਵੀ ਮੈਨੂੰ ਮਿਲਣ ਦਾ ਟਾਈਮ ਦਿਓ ਵੀ ਤੁਹਾਨੂੰ ਲੱਗਦਾ ਨਹੀਂ ਵੀ ਇਹ ਜਿਹੜੀ ਕਮਜ਼ੋਰੀ ਹੈ ਕਿਉਂ ਆਈ ਹੈ ਇਹਦੇ ਪਿੱਛੇ ਕੀ ਕਾਰਨ ਨੇ ਜਾਂ ਸੰਗਤ ਦਾ ਇਹਨਾਂ ਨੂੰ ਪੂਰਾ ਸਮਰਥਨ ਨਹੀਂ ਮਿਲ ਰਿਹਾ ਇਹਦੇ ਬਾਰੇ ਤੁਹਾਡੇ ਕੀ ਵਿਚਾਰ ਨੇ ਦੇਖੋ ਤਬੀਬ ਸਾਹਿਬ ਦੇ ਬੜੇ ਸਿਆਣੇ ਬੰਦੇ ਨੇ ਵਕੀਲ ਵੀ ਨੇ ਐਡਵੋਕੇਟ ਵੀ ਡੇ ਨੇ ਮੈਂ ਇਹਦੀ ਪਿੱਛੇ ਜਾਣਾ ਚਾਹਨਾ ਇਹਦੇ ਵਿੱਚ ਤਾਮੀਬ ਸਾਹਿਬ ਦਾ ਇਨਾ ਕਸੂਰ ਨਹੀਂ ਹੈਗਾ ਜਾਂ ਉਹਨਾਂ ਪਸਿਲਟੀ ਦਾ ਨਹੀਂ ਹੈਗਾ ਇਹਦੇ ਪਿੱਛੇ ਬਦਲ ਪਰਿਵਾਰ ਦਾ ਜਿਹੜਾ ਸਿਆਸੀ ਕਬਜਾ ਹੈ ਉਹਦਾ ਜ਼ਿਆਦਾ ਰੋਲ ਰਾਕੀਤਾ ਉਹਨਾਂ ਨੇ ਇਹ ਸਾਰੀਆਂ ਸੰਸਥਾਵਾਂ ਨੂੰ ਇਸ ਹਿਸਾਬ ਨਾਲ ਡਿਵੈਲਪ ਕਰ ਦਿੱਤਾ ਹੈ ਵੀ ਸਾਰੀ ਪਾਵਰ ਆਪਣੇ ਹੱਥ ਰੱਖ ਲਈਏ ਕਿਸੇ ਦਾ ਤੁਸੀਂ ਤਾਂ ਰਾਸ਼ਟਰਪਤੀ ਪ੍ਰਧਾਨ ਮੰਤਰੀ ਮੇਰੇ ਨਾਲ ਦੀ ਗੱਲ ਕਰ ਰਹੇ ਹੋ ਉਹ ਤੇ ਡੀਸੀ ਨਹੀਂ ਆਇਆ ਉਹਨਾਂ ਕੋਲੋਂ ਮੁੰਡਰ ਲੈਂਡ ਵਾਸਤੇ ਬਾਹਰ ਤਰ ਰਾਮ ਹਰਨਾ ਪਿਆ ਗਿਆ ਹੁਣ ਅੱਜ ਹਾਲਾਤ ਇਹ ਹੋ ਗਏ ਨੇ ਜਿਹੜਾ ਸ਼ੂਣੀ ਕਮੇਟੀ ਜਿਹੜੀ ਆਪਣੇ ਆਪ ਨੂੰ ਇੱਕ ਸਮਾਨਤਰ ਸਰਕਾਰ ਦੀ ਤਰ੍ਹਾਂ ਵਿਚਰਦੀ ਹੈ ਪੰਜਾਬ ਦੇ ਵਿੱਚ ਉਹਦੇ ਪ੍ਰਧਾਨ ਨੂੰ ਡੀਸੀ ਨੂੰ ਮੁੰਡਰ ਦੇਣ ਵਾਸਤੇ ਡੀਸੀ ਬਾਹਰ ਨਹੀਂ ਆ ਰਿਹਾ ਤੇ ਟਰੋੜਾ ਸਭ ਅੱਧਾ ਸ਼ੀਸ਼ਾ ਕਾਰਦਾ ਕਰਦੇ ਹੁੰਦੇ ਸੀ ਡੀਸੀ ਬਾਹਰ ਆਦਾ ਹੁੰਦਾ ਸੀ ਉਹਨਾਂ ਕੋਲੋਂ ਮੁੰਡਰ ਲੈਂਡ ਵਾਸਤੇ ਸੋ ਇਹਦੇ ਵਿੱਚੇ ਜਿਹੜਾ ਪਰਿਵਾਰ ਦਾ ਗਲਬਾ ਚੱਲ ਰਿਹਾ ਜਾਂ ਸਿਆਸਤ ਚੱਲ ਰਹੀ ਹੈ ਉਹ ਜ਼ਿਆਦਾ ਕਸੂਰਵਾਰ ਹੈ ਸੋ ਵਕਤ ਦੀ ਨਿਜ਼ਾਗਤ ਨੂੰ ਸਮਝਦੇ ਹੋਏ ਅਸੀਂ ਇੱਕ ਇੱਕ ਸਵਾਲ ਆਪਣੇ ਦਰਸ਼ਕਾਂ ਨੂੰ ਦੱਸ ਦਈਏ ਵੀ ਇਹਨਾਂ ਸਖਸੀਤਾਂ ਨੂੰ ਜ਼ਰੂਰ ਪੁੱਛਾਂਗੇ ਜਾਂਦੇ ਜਾਂਦੇ ਜਥੇਦਾਰ ਸਾਹਿਬ ਸਾਨੂੰ ਇੱਕ ਗੱਲ ਦਾ ਜਵਾਬ ਦੇ ਕੇ ਜਾਓ ਬੜੀ ਤਸੱਲੀ ਦੇ ਨਾਲ ਦਰਸ਼ਕ ਬੜੇ ਸਾਡੇ ਚਾਹਵਾਨ ਨੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਬਦਲਾਅ ਆ ਸਕਦਾ ਬਿਲਕੁਲ ਆ ਸਕਦਾ ਜੀ ਬਿਲਕੁਲ ਆ ਸਕਦਾ ਤੇ ਆਉਣਾ ਵੀ ਚਾਹੀਦਾ ਹੂੰ ਉਹ ਬਦਲਾਅ ਜਿਹੜਾ ਹੈ ਇਦਾਂ ਦਾ ਹੋਣਾ ਚਾਹੀਦਾ ਹੈ ਕਿ ਬਦਲਾਅ ਆਵੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਆਕਸ਼ ਹੈ ਉਹਦਾ ਮਿਆਰ ਹੈ ਉਹ ਬਹੁਤ ਬਲੰਦੀਆਂ ਤੇ ਜਾਵੇ ਤੇ ਉਹ ਇੱਕ ਆਜ਼ਾਦ ਹਾਸੇ ਦੇ ਤੌਰ ਤੇ ਆਪਣਾ ਕੰਮ ਕਰੇ ਉਹਦੇ ਵਿੱਚ ਜਿਹੜਾ ਪੋਲੀਟੀਕਲ ਦਬਾਅ ਜਿਹੜਾ ਹੈ ਇਹ ਠੀਕ ਹੈ ਗੱਲ ਕਿ ਦੇਖੋ ਸਾਡਾ ਧਰਮ ਤੇ ਰਾਜਨੀਤੀ ਦੀ ਗੱਲ ਜਿਹੜੀ ਅਮੀਰੀ ਤੇ ਪੀੜੀ ਦਾ ਆਪਾਂ ਵਾਰ-ਵਾਰ ਜ਼ਿਕਰ ਕਰਦੇ ਰਹਿੰਦੇ ਆ ਲੇਕਿਨ ਜਿਹੜੀ ਧਾਰਮਿਕ ਸੰਸਥਾ ਸ਼੍ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਇਹ ਇਹਦੇ ਤੇ ਜਿਹੜਾ ਇਹ ਧਰਮ ਦਾ ਗੁੰਡਾ ਜਿਹੜਾ ਰਾਜਨੀਤੀ ਦੇ ਉੱਪਰ ਹੋਣਾ ਚਾਹੀਦਾ ਜੀ ਜਿਹੜੀ ਜਿਹੜੀ ਰਾਜਨੀਤੀ ਹੈ ਉਹ ਧਰਮ ਦੇ ਉਹਦੇ ਮਤਹਿਤ ਹੋਗੇ ਚੱਲੇ ਜਿਹੜੀ ਅਗਵਾਈ ਆ ਉਹ ਜੇ ਅਸੀਂ ਧਾਰਮਿਕ ਪਰੰਪਰਾਵਾਂ ਰੌ ਰੀਤਾਂ ਤਾਂ ਪੰਥਕ ਝੰਡਾ ਪੰਥਕ ਪਰੰਪਰਾਵਾਂ ਸਿਧਾਂਤ ਜਿਹੜੇ ਨੇ ਅਸੀਂ ਉਹਨੂੰ ਤਲਾਝਲੀ ਦੇਵਾਂਗੇ ਤੇ ਮੈਂ ਕਹਿੰਦਾ ਬਹੁਤ ਸਰਵਾਈਵ ਨਹੀਂ ਕਰ ਸਕਦੇ ਸੋ ਅਮਰਿਤਪਾਲ ਸਿੰਘ ਜੀ ਤੁਹਾਡੇ ਤੇ ਫੇਰ ਅਸੀਂ ਦੁਬਾਰਾ ਆਨੇ ਆ ਜਥੇਦਾਰ ਸਾਹਿਬ ਨੇ ਗੱਲ ਕੀਤੀ ਹੈ ਵੀ ਇੱਕ ਸਿਆਸੀ ਗਲਬਾ ਖਤਮ ਹੋਣਾ ਚਾਹੀਦਾ ਚਾਹੇ ਉਹ ਕਿਸੇ ਪਰਿਵਾਰ ਦਾ ਹੋਵੇ ਜਾਂ ਕਿਸੇ ਜਥੇਬੰਦੀ ਦਾ ਹੋਵੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਕਾਰਜਕਾਲ ਜੀ ਆਪਾਂ ਨਜ਼ਰ ਮਾਰੀਏ ਬੜੀ ਅਚੰਬੇ ਵਾਲਾ ਉਹਨਾਂ ਨੇ ਬਿਆਨ ਦਿੱਤਾ ਹੈਗਾ ਵੀ 84 ਤੋਂ ਬਾਅਦ ਹਰਿਆਣਾ ਕਮੇਟੀ ਦਾ ਜਿਹੜਾ ਉਹਨਾਂ ਨੇ ਗੱਲ ਕੀਤੀ ਹੈ ਵੀ ਵੱਖਰੀ ਬਣ ਗਈ ਹੈ ਇਹ ਉਹਨਾਂ ਦੀ ਇੱਕ ਬੜੀ ਵੱਡੀ ਮੈਂ ਕਹਿੰਨਾ ਵੀ ਮੈਨੇਜਮੈਂਟ ਦੀ ਗਲਤੀ ਮੰਨੀ ਜਾਏਗੀ ਜਾਂ ਉਹਨਾਂ ਦੀ ਪੈਰਵਾਹੀ ਗਲਤ ਕੀਤੀ ਹੈ ਇਹਦੇ ਪਿੱਛੇ ਕੀ ਕਹਿਣਾ ਚਾਹੋਗੇ ਤੁਸੀਂ ਲੇਕੋ ਗਲਤ ਸਾਰੀ ਗੋਲਕਦੀ ਹੈ ਮੋੜ ਨਹੀਂ ਹਰਿਆਣਾ ਤੋਂ ਜਿਹੜੀ ਮਾਇਆ ਇਹਨਾਂ ਨੂੰ ਆਂਦੀ ਸੀ ਉਹ ਹੁਣ ਮਾਇਆ ਆਣੀ ਬੰਦ ਹੋ ਜਾਣੀ ਹੈ। ਨਹੀਂ 84 ਨਾਲ ਦੇ ਦੀ ਉਹਦੀ ਕਰਾਰ ਉਹ ਵੀ ਕਹਿ ਰਿਹਾ ਉਹਨੇ ਕਿੰਨੀ ਸਾਡੇ ਵਾਸਤੇ ਸ਼ਰਮ ਦੀ ਗੱਲ ਹੈ ਵੀ ਉਹਨਾਂ ਨੇ ਕਾਂਗਰਸ ਨੇ ਜੋ ਸਾਡੇ ਤੇ ਜ਼ੁਲਮ ਕੀਤਾ ਸਰਕਾਰ ਨੇ ਭਾਰਤ ਦੀ ਹਕੂਮਤ ਨੇ ਉਹਨੂੰ ਉਹਨਾਂ ਨੇ ਉਸ ਨੂੰ ਤਾਂ ਖਤਮ ਹੀ ਕਰ ਦਿੱਤਾ ਡੀਡ ਹੀ ਕਰ ਦਿੱਤਾ ਉਹ ਕਹਿੰਦੇ ਇਸ ਤੋਂ ਵੱਡਾ ਹਮਲਾ ਹੋ ਗਿਆ ਵੀ ਸਾਡੀ ਗੋਲਕ ਚਲੀ ਗਈ ਹੈ। ਬੋਲੋ ਜਦ ਤਰਵਾਰ ਸੈਪਟ ਆਇਆ ਕਾਂਗਸਕ ਸਾਟ ਆਇਆ ਬੀੜਾ ਬੀਦ ਬੀਤੀ ਉਹ ਸਾਰੀ ਘੱਟ ਸੀ। ਮੇਰਾ ਕਹਿਣ ਦਾ ਭਾਵ ਹੈ ਹੈਗਾ ਵੀ ਜੇ ਹਰਿਆਣਾ ਕਮੇਟੀ ਵੱਖਰੀ ਬਣ ਸਕਦੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਹਿਮਾਚਲ ਵਾਲੇ ਵੀ ਸ਼ੋਮਨੀ ਕਮੇਟੀ ਦੀ ਹਾਲਤ ਹੋਰ ਕਮਜ਼ੋਰ ਹੋ ਸਕਦੀ ਹੈ ਤੇ ਇਸ ਵੇਲੇ ਸਾਨੂੰ ਪ੍ਰਧਾਨ ਉਹ ਚਾਹੀਦਾ ਹੈ ਵੀ ਜਿਹੜੇ ਸਾਰਿਆਂ ਨੂੰ ਨਾਲ ਲੈ ਕੇ ਚੱਲੇ ਵਖਰੇਵੇਂ ਦੇ ਵਿੱਚ ਸਾਡੀ ਕੌਮੀ ਜਥੇਬੰਦੀ ਦਾ ਬਹੁਤ ਨੁਕਸਾਨ ਹੋ ਸਕਦਾ ਹੈਗਾ ਇੱਕ ਪਾਸੇ ਆਪਾਂ ਗੱਲ ਕਰਦੇ ਹਾਂ 올 ਇੰਡੀਆ ਗੁਰਦੁਆਰਾ ਐਕਟ ਦੀ ਤੇ ਦੂਜੇ ਪਾਸੇ ਆਪਾਂ ਜਖੇਰੂ-ਖੇਰੂ ਹੋਣ ਜਾ ਰਹੇ ਹਾਂ ਇੱਕ ਐਂਗਲ ਤੋਂ ਤੁਸੀਂ ਦੇਖਦੇ ਹੋ ਦੇਖੋ ਫਿਰ ਜਵਾਲਾ ਲੱਭਾ ਹੋ ਜਾਣਾ ਹੈ ਹਰਿਆਣਾ ਕਮੇਟੀ ਬਣੀ ਹੈ ਇਸ ਤੋਂ ਪਹਿਲੇ ਸਾਡੇ ਕੋਲ ਨੂੰ ਹਜੂਰ ਸਾਹਿਬ ਕਮੇਟੀ ਲੱਗ ਗਿਆ ਪਟਨਾ ਸਾਹਿਬ ਦੀ ਲੱਗ ਹੈ ਜੇ ਹਰਿਆਣਾ ਦੀ ਲੱਗ ਹੋ ਗਈ ਤੇ ਕੀ ਹੋ ਗਿਆ ਤੁਸੀਂ ਆਪਣੇ ਘਰ ਨੂੰ ਕਿਉਂ ਨਹੀਂ ਦੇਖਦੇ ਤੁਸੀਂ ਚੰਗੀ ਤਰ੍ਹਾਂ ਨਹੀਂ ਚਲਾ ਸਕੇ ਤਾਂ ਹੀ ਲੱਗ ਹੋਈ ਹੈ ਨਾ ਜੇ ਤੁਸੀਂ ਉਹਨਾਂ ਨੂੰ ਬੁਲਾ ਕੇ ਉੱਥੋਂ ਜਿਹੜੇ ਲੀਡਰ ਨੇ ਉਹਨਾਂ ਬੁਲਾ ਕੇ ਪੁੱਛ ਲੈਂਦੇ ਵੀ ਤੁਹਾਨੂੰ ਕੀ ਸਮੱਸਿਆਵਾਂ ਨੇ ਉਹਦਾ ਹੱਲ ਕਰ ਦਿੰਦੇ ਵਿਸਾਰ ਕਰ ਦਿੰਦੇ ਤੇ ਸ਼ੋ ਨਾ ਬਣਾਉਂਦੇ ਬਿਲਕੁਲ ਸਹੀ ਗੱਲ ਕਹੀ ਤੁਸੀਂ ਸਿਆਲ ਸਾਹਿਬ ਤੁਹਾਡਾ ਕੀ ਕਹਿਣਾ ਹੈ ਇਹਦੇ ਬਾਰੇ ਨਹੀਂ ਮੈਂ ਤਾਂ ਇਹ ਗੱਲ ਹਾਊਸ 'ਚ ਆਖੀ ਸੀ ਹਰਿਆਣਾ ਕਮੇਟੀ ਬਾਰੇ ਮੈਂ ਹਰਿਆਣਾ ਕਮੇਟੀ ਬਾਰੇ ਮੈਂ ਹਾਊਸ 'ਚ ਆਖੀ ਸੀ ਕੀ ਕਾਂਗਰਸ ਸਰਕਾਰ ਨੇ ਜਿਹੜਾ ਭਵਿੰਦਰ ਸਿੰਘ ਹੁੱਡਾ ਸੀ ਉਸ ਨੇ ਉਹ ਮਤਾ ਪਾਸ ਕੀਤਾ ਸੀਗਾ ਕਮੇਟੀ ਬਣਾਉਣ ਦਾ ਲੇਕਿਨ ਉਸ ਤੋਂ ਬਾਅਦ ਅਸੀਂ ਪੈਰਵਾਈ ਕੱਟ ਕੀਤੀ ਪੈਰਵਾਈ ਕੱਟ ਕਰਨ ਦੇ ਨਾਲ ਤੇ ਉਹਨੂੰ ਜਦੋਂ ਫੇਰ ਇਹ ਗੱਲ ਵੱਡੇ ਪੱਧਰ ਤੇ ਹੋਈ ਕੋਈ ਫੈਸਲੇ ਆਏ ਤੇ ਸ਼੍ਰੋਮਣੀ ਕਮੇਟੀ ਨੇ ਹਰਿਆਣੇ ਦੇ ਵਿੱਚ ਮੋਰਚਾ ਵੀ ਲਾਇਆ ਮੈਂ ਵੀ ਉੱਥੇ 20 ਦਿਨ ਪਜੋਖ ਰਸਾ ਬੈਠਾ ਰਿਹਾ ਹਾਂ ਲੇਕਿਨ ਉਸ ਤੋਂ ਬਾਅਦ ਕੀ ਹੋਇਆ ਜਿਹੜੀ ਮੈਂ ਹਾਊਸ ਸੈਗਾ ਲੈਣਾ ਸਵਾਲ ਹੈਗਾ ਵੀ ਇਹ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਾਹਿਬ ਦੀ ਕਿ ناکਾਮਯਾਬੀ ਰਹੀ ਹੈ ਵੀ ਉਹਨੂੰ ਨਹੀਂ ਸਟਿਲ ਕਰ ਸਕੇ ਇਸ ਵੇਲੇ ਨੀ ਮੈਂ ਮੈਂ ਜੋ ਮੈਂ ਤੁਹਾਡੇ ਨਾਲ ਗੱਲ ਕਰਨੀ ਜੀ ਮੈਂ ਹਾਊਸ ਦੇ ਵਿੱਚ ਇਹ ਗੱਲ ਆਪ ਕਹੀ ਹੈ ਵੀ ਇਹਦੇ ਜਿਹੜੀ ਇਹਦੀ ਪਰਚੋਲ ਕਰਨ ਦੀ ਲੋੜ ਆ ਵੀ ਅਸੀਂ ਕੀ ਹਰਿਆਣੇ ਦੇ ਸਿਖਾ ਨੂੰ ਪੂਰਾ ਬਣਦਾ ਮਾਨ ਸਤਕਾਰ ਦਿੱਤਾ ਹੈ ਕੀ ਉਹਨਾਂ ਮੈਂਬਰਾਂ ਨੂੰ ਅਸੀਂ ਪੂਰਾ ਮੜਦਾ ਮਾਨ ਸਤਕਾਰ ਦਿੱਤਾ ਜੀ ਨਹੀਂ ਦਿੱਤਾ ਤੇ ਤਾਂ ਜਾ ਕੇ ਇਹ ਜਿਹੜੀਆਂ ਜਿਹੜੀਆਂ ਉਤਪਨ ਹੋਈਆਂ ਨੇ ਗੱਲਾਂ ਬਾਤਾਂ ਲੇਕਿਨ ਇੱਕ ਸਭ ਤੋਂ ਵੱਡੀ ਗੱਲ ਜਿਹੜੀ ਮੈਂ ਮਹਿਸੂਸ ਕੀਤੀ ਹੈ ਵੀ ਉਹ ਜਿਹੜਾ ਇੱਕ ਦਾ ਜਿਹੜਾ ਉਹਦੀ ਪੈਰਵਾਹੀ ਨਹੀਂ ਕੀਤੀ ਅਦਾਲਤ ਦੇ ਵਿੱਚ ਵਕੀਲ ਕਮਜ਼ੋਰ ਕੀਤਾ ਤੇ ਉਹ ਗੱਲਾਂ ਵੀ ਸਾਨੂੰ ਕਿਤੇ ਨਾ ਕਿਤੇ ਜਿਹੜੀ ਸਾਡੇ ਲਈ ਨੁਕਸਾਨ ਦਾ ਕਸਾਬਤ ਹੋਈਆਂ ਨੇ ਸੋ ਪਿਆਰੇ ਦਰਸ਼ਕੋ ਅੱਜ ਫੇਰ ਗੱਲ ਉੱਥੇ ਮੁੜ ਜੋੜ ਕੇ ਆ ਕੇ ਖੜੀ ਹੁੰਦੀ ਹੈ ਦਰਸ਼ਕ ਸਾਨੂੰ ਫੇਰ ਦੁਬਾਰਾ ਉਸ ਕਟਹਿਰੇ ਵਿੱਚ ਖੜੇ ਕਰਨ ਲਈ ਮਜਬੂਰ ਕਰਦੇ ਨੇ ਵੀ ਸ਼੍ਰੋਮਣੀ ਕਮੇਟੀ ਦੀ ਵੱਧ ਇਨਸੰਤਾਬਦੀ ਦਾ ਨਤੀਜਾ ਸੰਗਤ ਨੂੰ ਭੁਗਤਣਾ ਪਿਆ ਰਿਹਾ ਅੱਜ ਬਿਲਕੁਲ ਪੰਥ ਨੂੰ ਭੁਗਤਣਾ ਪਿਆ ਰਿਹਾ ਪੰਥ ਨੂੰ ਭੁਗਤਣਾ ਪਿਆ ਰਿਹਾ ਸੋ ਮੈਂ ਇੱਕ ਵਾਰੀ ਆਪ ਜੀ ਨੂੰ ਫੇਰ ਦੁਵਾਦਾ ਜਾਂਦਾ ਇੱਕ ਵਾਰੀ ਦੁਬਾਰਾ ਅਰਜ਼ ਕਰਦਾ ਵਾਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਸ਼੍ਰੋਮਣੀ ਕਮੇਟੀ ਦੀ ਕਾਰਗੁਜ਼ਾਰੀ اسی طرح ਰਹੇਗੀ ਜਾਂ ਆਉਣ ਵਾਲੇ ਸਮੇਂ ਵਿੱਚ ਸਾਨੂੰ ਜਲਦ ਤੋਂ ਜਲਦ ਦੁਬਾਰਾ ਸ਼੍ਰੋਮਣੀ ਕਮੇਟੀ ਲਈ ਚੋਣਾਂ ਕਰਵਾਉਣ ਦਾ ਮੁੱਦਾ ਜਿਹੜਾ ਸੰਗਤ ਨੂੰ ਦੁਬਾਰਾ ਚੁੱਕਣਾ ਪਵੇਗਾ ਇਹਨੂੰ ਤੁਸੀਂ ਕਿਸ ਐਂਗਲ ਤੋਂ ਦੇਖਦੇ ਹੋ ਦੇਖੋ ਇਸ ਹਾਊਸੇ ਜੋ ਕੁਝ ਹੈਗਾ ਇਹਦੇ ਵਿੱਚ ਕੋਈ ਤਬਦੀਲੀ ਹੋਣ ਦਾ ਸਾਰ ਨਹੀਂ ਭਾਵੇਂ ਕੋਈ ਵੀ ਪ੍ਰਧਾਨ ਬਣ ਜੇ ਇਹਦੇ ਵਿੱਚ ਕੀ ਹੈ ਹੁਣ ਆਮ ਇਲیکشن ਦੁਬਾਰਾ ਸ਼੍ਰੋਮਣੀ ਕਮੇਟੀ ਦੀ ਹੋਣੀ ਚਾਹੀਦੀ ਜਿਹਦੇ ਵਿੱਚ ਆਮ ਬੰਦੇ ਚੁਣ ਕੇ ਆਣ ਸਧਾਰਨ ਕਰਾਂ ਦੇ ਲੋਕ ਆਣ ਇਹ ਜ਼ਗੀਰਦਾਰੀ ਦਾ ਜਿਹੜਾ ਕਬਜ਼ਾ ਹੋ ਗਿਆ ਇਹਨੇ ਕਦੇ ਵੀ ਪੰਥ ਨੂੰ ਅੱਗੇ ਨਹੀਂ ਜਾਣ ਦੇਣਾ ਆਪਾਂ ਆਮ ਆਦਮੀ ਪਾਰਟੀ ਦਾਰ ਲੈ ਲਏ ਅਸੀਂ ਉਹਨਾਂ ਨਾਲ ਬਿਲਕੁਲ ਵਿਚਾਰਾਂ ਦੇ ਹੱਕ ਦੇ ਨਹੀਂ ਹੈਗੇ ਲੇਕਿਨ ਇੱਕ ਗੱਲ ਤੁਹਾਨੂੰ ਮੰਨੀ ਪੈਗੀ ਉਹਦੇ ਵਿੱਚ ਹਰ ਆਮ ਇਨਸਾਨ ਜਿੱਤ ਕੇ ਅੱਗੇ ਆਇਆ ਹੈ ਭਾਵੇਂ ਉਹਨਾਂ ਕੋਲ ਪੋਲਿਟਿਕਲ ਤਜਰਬਾ ਨਹੀਂ ਹੈਗਾ ਹੁਣ ਛੋਣੀ ਕਮੇਟੀ ਦਾ ਸੁਧਾਰ ਵੀ ਤਾਂ ਹੀ ਹੋਣਾ ਜੇ ਆਮ ਘਰਾਂ ਦੇ ਬੱਚੇ ਜਿਹੜੀ ਸਿੱਖ ਸੋਚ ਨੂੰ ਅੱਗੇ ਰੱਖ ਕੇ ਚੱਲਦੇ ਨੇ ਬਿਗੈਰ ਪੋਲਿਟਿਕਲ ਸਿਸਟਮ ਦੇ ਉਹ ਅੱਗੇ ਆਣ ਦੇ ਦੀ ਛੋਣੀ ਕਮੇਟੀ ਦਾ ਸੁਧਾਰ ਹੋਏਗਾ ਬਿਲਕੁਲ ਠੀਕ ਗੱਲ ਕਹੀ ਹੈ ਵੀ ਸਿੱਖੀ ਦਾ ਪ੍ਰਚਾਰ ਤੇ ਪ੍ਰਸਾਰ ਲਈ ਨਵੀਂ ਜਨਰੇਸ਼ਨ ਨੂੰ ਅੱਗੇ ਆ ਦਾ ਮੌਕਾ ਮਿਲਣਾ ਚਾਹੀਦਾ ਹੈ ਜਸਦੇਵ ਸਾਹਿਬ ਜਾਣਦੇ ਜਾਂ ਗਵਰਡੀ ਪਾਰਟੀ ਦੀ ਸੈਂਟਰ ਦੇ ਵਿੱਚ ਉਹਦੇ ਕੋਲ ਪੂਰਾ ਨਖਤਿਆਰ ਹੈਗਾ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੀਆਂ ਚੋਣਾਂ ਨੂੰ ਕਿਸੇ ਵੇਲੇ ਵੀ ਕਰਵਾਉਣ ਦਾ ਤੁਸੀਂ ਆਪਣੀ ਪਾਰਟੀ ਕੋਲ ਜਿਹਦੇ ਵਿੱਚ ਤੁਸੀਂ ਉਹ ਨਵੇਂ-ਨਵੇਂ ਸ਼ਾਮਲ ਹੋਏ ਹੋ ਇਹ ਮੰਗ ਕਰੋਗੇ ਵੀ ਗੁਰਦੁਆਰਾ ਪ੍ਰਬੰਧਨ ਨੂੰ ਸੁਧਾਰਨ ਵਾਸਤੇ ਜਲਦ ਤੋਂ ਜਲਦ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਕਰਵਾਈਆਂ ਜਾਣ ਤੇ ਸਮੁੱਚੇ ਪਹਾੜ ਦੇ ਵਿੱਚ ਆਲ ਇੰਡੀਆ ਗੁਰਦੁਆਰਾ ਐਕਟ ਲਾਗੂ ਕੀਤਾ ਜਾਵੇ ਇਹਦੇ ਬਾਰੇ ਤੁਸੀਂ ਆਵਾਜ਼ ਬੁਲੰਦ ਕਰੋਗੇ ਆਪਣੀ ਮੈਂ ਨਾ ਜਦੋਂ ਹਾਊਸ ਦੇ ਵਿੱਚ ਇਹ ਗੱਲ ਸਾਹਮਣੇ ਰੱਖੀ ਸੀ ਵੀ ਬਾਜਪਾਈ ਸਰਕਾਰ ਨੇ ਸ਼੍ਰੋਮਣੀ ਕਮੇਟੀ ਦੇ ਮਨਸ਼ੇ ਦੇ ਅਨੁਸਾਰ ਆਲਿਡੀਆ ਗੁਰਦੁਆਰਾ ਐਕਟ ਦਾ ਖਰੜਾ ਬਣਾ ਕੇ ਭੇਜਿਆ ਵਿਚਾਰ ਦੇ ਲਈ ਜੀ ਲੇਕਿਨ ਉਹ ਅੱਜ ਤੱਕ ਜਿਹੜਾ ਹੈ ਉਹ ਬੰਦ ਵਸਤੇ ਦੇ ਵਿੱਚ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਪਿਆ ਉਹ ਤਾਂ ਪਤਾ ਨਹੀਂ ਲੱਗ ਰਿਹਾ ਲੇਕਿਨ ਚੋਣਾਂ ਹੋਣੇ ਚਾਹੀਦੀਆਂ ਨੇ ਮੈਂ ਤਾਂ ਆਪ ਉਥੇ ਇਸ ਗੱਲ ਦੇ ਲਈ ਮੈਂ ਆਪਣੇ ਪਾਰਟੀ ਪ੍ਰਧਾਨ ਤੋਂ ਮੰਗ ਕਰਦਾ ਬਿਲਕੁਲ ਮੈਂ ਬਿਲਕੁਲ ਮੰਗ ਕਰਦਾ ਮੈਂ ਪਾਰਟੀ ਪ੍ਰਧਾਨ ਤੋਂ ਮੰਗ ਕਰਦਾ ਵੀ ਸਰਕਾਰ ਤੋਂ ਮੰਗ ਕਰਦਾ ਵੀ ਇਹ ਚੋਣਾਂ ਜਲਦ ਹੋਣੇ ਚਾਹੀਦੀਆਂ ਨੇ ਤੇ ਹੁਣ ਇੱਕ ਮਿੰਟ ਨਿੱਕੀ ਹੋਰ ਤੁਹਾਡੇ ਨਾਲ ਗੱਲ ਕਰ ਲਵਾਂ ਜਿਹੜਾ ਬੰਦੀ ਸਿੱਖਾਂ ਦੀ ਗੱਲ ਹੈ ਮੈਂ ਜੋ ਮਹਿਸੂਸ ਕੀਤਾ ਹੈ ਉਹਦੇ ਚ ਸਾਡੇ ਜਿੰਨੇ ਵੀ ਅਸੀਂ ਯਤਨ ਕਰਦੇ ਉਹ ਯਤਨ ਸਫਿਰਦ ਨਹੀਂ ਹੋ ਰਹੇ ਲੇਕਿਨ ਮੈਂ ਉਹਨਾਂ ਨੂੰ ਸਾਰੇ ਜਿਹੜੇ ਸੀ ਉਹ 1000 ਦੇ ਕ੍ਰੀਮਾਂ ਭੇਜਦੇ ਜਿਹੜੇ ਸੀ ਉਹ ਵੱਖ-ਵੱਖ ਅਦਾਲਤਾਂ ਦੇ ਵਿੱਚੋਂ ਰਿਕਾਰਡ ਇਕੱਠਾ ਕਰਕੇ ਦਿੱਲੀ ਲੈ ਕੇ ਗਏ ਆ ਉਹਦੇ ਤੇ ਵੀ ਕੰਮ ਹੋ ਰਿਹਾ ਮੈਂ ਪਟੀਸ਼ਨ ਪਾਈ ਆ ਉੱਥੇ ਜਿਹੜਾ ਹੈਗਾ ਵੀ ਉਹਦੇ ਤੇ ਕੰਮ ਹੋ ਰਿਹਾ ਤੇ ਸਾਨੂੰ ਸਾਰਿਆਂ ਨੂੰ ਇਹਦੇ ਲਈ ਜ਼ਰੂਰ ਯਤਨ ਕਰਨੇ ਚਾਹੀਦੇ ਸਾਰਥਕ ਡੰਗਰਾ ਕਰਨੇ ਚਾਹੀਦੇ ਬਿਲਕੁਲ ਠੀਕ ਹੈ ਸੋ ਪਿਆਰੇ ਦਰਸ਼ਕੋ ਅੱਜ ਬਹੁਤ ਸੋਹਣੇ ਵਿਚਾਰਾਂ ਦੀ ਸਾਂਝ ਹੋਈ ਹੈ ਸਾਡੇ ਦਰਮਿਆਨ ਜਤੇਦਾਗਰ ਪਾਲ ਸਿੰਘ ਜੱਲਾ ਜੀ ਸਾਬਕਾ ਜੂਨੀਅਰ ਰੀਤ ਪ੍ਰਧਾਨ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਵੀਰ ਅਮਰਤਪਾਲ ਸਿੰਘ ਜੀ ਜੋ ਕਿ ਇੱਕ ਸਿੱਖ ਜਨਤਕ ਨੇ ਬڑے ਆਪਣੇ ਦਿਲ ਦੇ ਬਲਵਲੇ ਸਾਡੇ ਨਾਲ ਸਾਂਝੇ ਕੀਤੇ ਨੇ ਕਿ ਸਿੱਖ ਕੌਮ ਦੀ ਸਭ ਤੋਂ ਉੰਦਾ ਜਮਾਤ ਜਿਹੜੀ ਲੋਕਤੰਤ੍ਰਿਕ ਢੰਗ ਨਾਲ ਚੁਣੀ ਜਾਂਦੀ ਹੈ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਉਹਦੇ ਅਕਸ ਨੂੰ ਸੁਧਾਰਨ ਲਈ ਸਾਨੂੰ ਕਿਸ ਤਰ੍ਹਾਂ ਦੇ ਕਦਮ ਚੁੱਕਣੇ ਪੈਣਗੇ ਤੇ ਕਿਸ ਤਰ੍ਹਾਂ ਦੇ ਪ੍ਰਧਾਨ ਸਾਨੂੰ ਅੱਗੇ ਲਿਆਉਣੇ ਪੈਣਗੇ ਤਾਂ ਕਿ ਸਮੁੱਚੇ ਪੰਥ ਵਿੱਚ ਗੁਰੂ ਗ੍ਰੰਥ ਤੇ ਗੁਰੂ ਪੰਥ ਦੀ ਚੜ੍ਹਤ ਜਿਹੜੀ ਆ ਉਹ ਬਰਕਰਾਰ ਸਿਆ ਕੇ ਬਰਕਰਾਰ ਰਹਿ ਸਕੇ ਤੇ ਸਿੱਖੀ ਦੇ ਝੰਡੇ ਜਿਹੜੇ ਨੇ ਵਿਸ਼ਵ ਵਿਆਪੀ بلند ਹੋ ਸਕਣ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ